ਸਤਿ ਸ਼੍ਰੀ ਅਕਾਲ ਜੀ ਮੈਂ ਹਿਮਾਂਸ਼ੀ ਖੁਰਾਨਾ ਸਤਿ ਸ਼੍ਰੀ ਅਕਾਲ ਜੀ ਮੈਂ ਨਰਵੈਰ ਪੰਨੂ ਹਾਈ ਗਾਇਜ਼ ਦਿਸ ਇਜ਼ ਤਾਨੀਆ ਮੈਂ ਕੋਰ ਵਾਲਾ ਮਾਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਪਿਟਾਰਾ ਦੇ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਸਬਸਕ੍ਰਾਈਬ ਪਿਟਾਰਾ ਟੀਵੀ ਬੇਬੇ ਦਾ ਹੁਣ ਇੱਕ ਹੀ ਸੁਪਨਾ ਸੀ ਵੀ ਤੂੰ ਵਿਆਹ ਕਦੋਂ ਕਰਾਏਗਾ ਪਿਛਲੇ ਕਿੰਨੇ ਸਾਲਾਂ ਦੀ ਫਿਰ ਮੈਂ ਉਹਨੂੰ ਲਾਸਟ 'ਚ ਕਹਿ ਹੀ ਦਿੱਤਾ ਸੀ ਵੀ ਜਿਵੇਂ ਤੈਨੂੰ ਸਹੀ ਲੱਗਦਾ ਬੀਬੀ ਤੂੰ ਉਵੇਂ ਹੀ ਕਰ ਦੇ ਅਤੇ ਉਹਨੇ ਫਿਰ ਕਰਤਾ ਜੀ ਕਿਵੇਂ ਦੀ ਲਾਈਫ ਚੱਲ ਰਹੀ ਹੈ ਫਿਰ ਵਿਆਹ ਤੋਂ ਬਾਅਦ ਲਾਈਫ ਵਧੀਆ ਚੱਲਦੀ ਹੈ ਜੀ ਵਿਆਹ ਤੋਂ ਬਾਅਦ ਉਵੇਂ ਲੋਕਾਂ ਦੇ ਦਿਲ 'ਚ ਡਰ ਹੁੰਦਾ ਮੈਂ ਚਾਹੁੰਦਾ ਵੀ ਜਿਹੜੇ ਵੀ ਬੰਦੇ ਕੁਆਰੇ ਨੇ ਉਹ ਛੇਤੀ ਛੇਤੀ ਵਿਆਹ ਕਰਾ ਲੈਣ ਕੁਆਰਾ ਲੈਣ ਬਹੁਤ ਵਧੀਆ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੇ ਬਰਾਬਰ ਦੇ ਹੁਣ ਤੁਹਾਨੂੰ ਫਿਰ ਪਤਾ ਲੱਗੇ ਸੋ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਣਾ ਪਿਆ ਕਿ ਮੈਂ ਜਸ ਬਾਜਵਾ ਜਾਂ ਉਹਨਾਂ ਨੂੰ ਪਤਾ ਸੀ ਨਹੀਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਨੂੰ ਇੰਟਰੋਡਿਊਸ ਕਰਾਉਣਾ ਪਿਆ ਜੀ ਔਰ ਮੈਂ ਤਾਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਵੀ ਮੈਨੂੰ ਇਹ ਮੈਟਰ 'ਚ ਸੰਗ ਬਹੁਤ ਲੱਗਦੀ ਹੈ ਜੋ ਜ਼ਿਆਦਾ ਰਸਮਾਂ ਕੀਤੀਆਂ ਉਹ ਕਰਦਿਆਂ ਨਹੀਂ ਕੀਤਾ ਜੀ ਕਿੰਨੇ ਖੁਸ਼ ਲੱਗ ਰਹੇ ਹੋ ਤੁਸੀਂ ਹਾਂ ਜੀ ਚਲੋ ਤੇ ਪਹਿਲੀ ਵਾਰੀ ਫਿਰ ਕੀ ਗੱਲਾਂ ਕੀਤੀਆਂ ਸੀ ਗੱਲਾਂ ਨਹੀਂ ਕੁਛ ਜ਼ਿਆਦਾ ਸਾਡੇ 'ਚ ਹੋਈਆਂ ਬਸ ਉਹ ਵੀ ਮੈਨੂੰ ਲੱਗਦਾ ਉਹ ਵੀ ਮੇਰੇ ਤੋਂ ਸ਼ਰਮਾਈ ਗਏ ਮੈਂ ਵੀ ਸ਼ਰਮਾਈ ਗਏ ਜ਼ਿਆਦਾ ਕੁਛ ਗੱਲਬਾਤ ਹੋਈ ਨਹੀਂ ਫਿਰ ਮੈਨੂੰ ਐਂ ਲੱਗਿਆ ਘਰ ਦੇ ਕਹਿੰਦੇ ਵੀ ਤੁਸੀਂ ਗੱਲਾਂ ਕਰ ਲਓ ਆਪਸ 'ਚ ਜਾ ਵੜੋ ਇੱਧਰਲੇ ਪਰਲੇ ਪਾਸੇ ਨੂੰ ਫਿਰ ਮੇਰੇ ਦਿਮਾਗ 'ਚ ਆਇਆ ਸੀ ਵੀ ਘਰ ਦੇ ਸੋਚਣਗੇ ਇੰਨਾ ਟਾਈਮ ਹੋ ਗਿਆ ਵੀ ਹੈ ਨਾ ਇੱਕ ਅੱਧੀ ਗੱਲ ਕਰਕੇ ਆਪਾਂ ਜਲਦੀ ਜਲਦੀ ਵਾਪਸ ਆ ਗਏ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਆਰ ਸ਼ੋਅ ਸੈਵਲੋਨ ਪ੍ਰੈਜ਼ੈਂਟਸ ਟਾਕ ਟੂ ਮੀ ਕੋ ਪਾਵਰਡ ਬਾਏ IDFC ਫਰਸਟ ਬੈਂਕ ਅਤੇ ਅੱਜ ਸਾਡੇ ਨਾਲ ਨੇ ਜਸ ਬਾਜਵਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਅਤੇ ਪਟਾਰਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਸਾਡੇ ਸ਼ੋਅ 'ਚ ਆਏ ਹੋ ਨਹੀਂ ਤੁਸੀਂ ਇਸ ਕਾਬਲ ਮੈਨੂੰ ਸਮਝਿਆ ਤੁਸੀਂ ਬੁਲਾਇਆ ਆਲਵੇਜ਼ ਮੈਂ ਤਾਂ ਆਉਂਦਾ ਰਹਿਣਾ ਪਟਾਰਾ ਇੱਕ ਪਰਿਵਾਰ ਹੈ ਮੇਰਾ ਜਿੰਨੀ ਵਾਰੀ ਵੀ ਮੈਂ ਆਉਣਾ ਮੈਨੂੰ ਬਹੁਤ ਅੱਛਾ ਲੱਗਦਾ ਸੋ ਇਸ ਵਾਰ ਕੁਛ ਨਵਾਂ ਕਰਾਂਗੇ ਹੋਰ ਕਿਵੇਂ ਦਾ ਰਿਹਾ ਨਵਾਂ ਸਾਲ ਨਵਾਂ ਸਾਲ ਬਹੁਤ ਵਧੀਆ ਲੋਹੜੀ ਬਹੁਤ ਵਧੀਆ ਨਵਾਂ ਸਾਲ ਮੈਂ ਵਾਹਿਗੁਰੂ ਅੱਗੇ ਵੀ ਕਾਮਨਾ ਕਰਦਾ ਕਿ ਜਿਵੇਂ ਪਿੱਛੇ ਕੋਵਿਡ ਰਿਹਾ ਅਤੇ ਨਵੀਆਂ ਆਸਾਂ ਨਾਲ ਅਸੀਂ ਬੰਦਾ ਆਸ 'ਤੇ ਹੀ ਜਿਉਂਦਾ ਅਤੇ ਆਸ ਕਰਦੇ ਹਾਂ ਕਿ ਇਹ ਜਿਹੜਾ 2021 ਆ ਇਹ ਤੰਦਰੁਸਤ ਰਹੇ ਜਿਹੜਾ ਸਭ ਤੋਂ ਪਹਿਲੀ ਗੱਲ ਹੈ ਅਤੇ ਦਰੁਸਤ ਰਹੇ ਸਾਡਾ ਕੰਮ ਕਾਰ ਜਿਹੜਾ ਚੱਲਦਾ ਰਹੇ ਕਿਉਂਕਿ ਕੋਵਿਡ 'ਚ ਬਹੁਤ ਕੁਝ ਸਿੱਖਿਆ ਸੋ ਸਭ ਤੋਂ ਵੱਡੀ ਲਰਨਿੰਗ ਕੀ ਰਹੀ ਹੈ ਤੁਹਾਡੀ ਕੋਵਿਡ ਦੇ ਟਾਈਮ 'ਚ ਕੋਵਿਡ ਦੇ ਟਾਈਮ 'ਚ ਜਿਹੜੀ ਸਭ ਤੋਂ ਵੱਡੀ ਮੇਰਾ ਤਜਰਬਾ ਇਹ ਰਿਹਾ ਕਿ ਜਿਹੜੀ ਸੇਵਿੰਗਸ ਹੈ ਉਹ ਬੰਦੇ ਕੋਲ ਬਹੁਤ ਜ਼ਰੂਰੀ ਹੈ ਤੁਹਾਨੂੰ ਨਾ ਪੈਸੇ ਦੀ ਵੈਲਿਊ ਹੈ ਜਿਹੜੀ ਉਹ ਹੁਣ ਕੋਵਿਡ 'ਚ ਪਤਾ ਲੱਗੀ ਤੁਹਾਡੇ ਕੋਲ ਮਤਲਬ ਇੱਦਾਂ ਮੇਰੇ ਨਾਲ ਤਾਂ ਹੋਇਆ ਇੱਦਾਂ ਅਸੀਂ ਕੋਈ ਸੇਵਿੰਗਸ ਵਗੈਰਾ ਨਹੀਂ ਸੀ ਇੰਨੀਆਂ ਨਾ ਤਾਂ ਕੋਵਿਡ 'ਚ ਆ ਕੇ ਪਤਾ ਲੱਗਿਆ ਵੀ ਯਾਰ ਇਹ ਲੋਡ ਹੈ ਬਟ ਜੋ ਸੀਗੀਆਂ ਥੋੜ੍ਹੀਆਂ ਬਹੁਤੀਆਂ ਉਹਨਾਂ ਨੇ ਕੰਮ ਵੀ ਦਿੱਤਾ ਬਟ ਉਹ ਲੈਵਲ ਦੀਆਂ ਨਹੀਂ ਸਾਨੂੰ ਇੱਕ ਸੇਫ ਸਾਈਡ ਰੱਖ ਕੇ ਹਮੇਸ਼ਾ ਕੋਵਿਡ ਨੇ ਸਿਖਾਤਾ ਵੀ ਚੱਲਣਾ ਚਾਹੀਦਾ ਗੋਰਿਆਂ ਵਾਲੀ ਜ਼ਿੰਦਗੀ ਨਹੀਂ ਜਾਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਸੋ ਆਪਾਂ ਹੁਣ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਸੋ ਤੁਹਾਡਾ ਰੀਅਲ ਨੇਮ ਸੀ ਜਸਪ੍ਰੀਤ ਸਿੰਘ ਰਾਈਟ ਸੋ ਉਹਦੇ ਉਹ ਨਾਂ ਜਿਹੜਾ ਹੈ ਤੁਹਾਡਾ ਉਹ ਕਿਹਨੇ ਦਿੱਤਾ ਸੀ ਤੁਹਾਨੂੰ ਉਹ ਜਦੋਂ ਮੇਰਾ ਜਨਮ ਹੋਇਆ ਮੇਰੇ ਨਾਨੀ ਜੀ ਨੇ ਮੈਨੂੰ ਦਿੱਤਾ ਜੀ ਅਡੋਪਟਡ ਹਾਂ ਮੈਂ ਮੇਰੀ ਨਾਨੀ ਜੀ ਨੇ ਮੈਨੂੰ ਅਡੋਪਟ ਕੀਤਾ ਨਾਨਕਿਆਂ ਨੇ ਮੈਨੂੰ ਪਾਲਿਆ ਮਾਮਾ ਜੀ ਉਹਨਾਂ ਨੇ ਸੋ ਸ਼ੁਰੂ ਤੋਂ ਸਟੱਡੀ ਵਗੈਰਾ ਸਕੂਲਿੰਗ ਵਗੈਰਾ ਵੀ ਇੱਥੇ ਹੋਈ ਅਤੇ ਉਹ ਨਾਂ ਵੀ ਜਦੋਂ ਮੇਰਾ ਬਰਥ ਹੋਇਆ ਤਾਂ ਨਾਨੀ ਜੀ ਨੇ ਰੱਖਿਆ ਜੀ ਸੋ ਬਚਪਨ ਕਿਵੇਂ ਦਾ ਸੀਗਾ ਬਚਪਨ ਤਾਂ ਮੈਂ ਕਹਿੰਦਾ ਵੀ ਬਹੁਤ ਵਧੀਆ ਕਿਉਂਕਿ ਪਿੰਡਾਂ 'ਚ ਅਸੀਂ ਜੰਮੇ ਹਾਂ ਅਤੇ ਪਿੰਡਾਂ 'ਚ ਹੀ ਪਲੇ ਹਾਂ ਅਤੇ ਪਿੰਡਾਂ ਤੋਂ ਉੱਤੇ ਤਾਂ ਦੁਨੀਆ 'ਚ ਕੁਛ ਹੋ ਹੀ ਨਹੀਂ ਸਕਦਾ ਜੋ ਮੈਨੂੰ ਮੈਂ ਹੁਣ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਚਾਹੁਣ ਵਾਲੇ ਉਹਨਾਂ ਦੇ ਪਿਆਰ ਨਾਲ ਪੂਰੀ ਦੁਨੀਆ ਟਰੈਵਲ ਕੀਤੀ ਆ ਜੀ ਸਾਰੇ ਪਾਸੇ ਜਾ ਕੇ ਦੇਖ ਜਾਂਦਾ ਕੋਈ ਦੁਨੀਆ ਦਾ ਕੋਨਾ ਮੈਨੂੰ ਨਹੀਂ ਲੱਗਦਾ ਛੱਡਿਆ ਹੋਊਗਾ ਪਰ ਮੈਨੂੰ ਲੱਗਦਾ ਵੀ ਪਿੰਡਾਂ ਤੋਂ ਉੱਤੇ ਇਕੱਲੇ ਮੇਰੇ ਪਿੰਡ ਦੀ ਗੱਲ ਨਹੀਂ ਅਸੀਂ ਕਿਤੇ ਸ਼ੂਟ ਵੀ ਕਰਦੇ ਹਾਂ ਜਦੋਂ ਉਸ ਪਿੰਡ 'ਚ ਵੀ ਜਾਂਦੇ ਹਾਂ ਉਹੀ ਕਰੈਕਟਰ ਉਹੀ ਜਵਾਕ ਅੱਜ ਵੀ ਉੱਥੇ ਉਹੀ ਨੇ ਹੈਗਾ ਸਾਰਾ ਕੁਛ ਉਹੀ ਆ ਅਸੀਂ ਕਹਿੰਦੇ ਹਾਂ ਵੀ ਜਨਰੇਸ਼ਨ ਬਦਲ ਗਈ ਸਮਾਂ ਬਦਲ ਗਿਆ ਬਟ ਮੈਨੂੰ ਲੱਗਦਾ ਵੀ ਅਸੀਂ ਆ ਜਿਹੜੇ ਜਨਰੇਸ਼ਨ ਤੋਂ ਵੀ ਪਹਿਲਾਂ ਬਦਲ ਗਏ ਸਾਡੇ ਕੋਲ ਟਾਈਮ ਦੀ ਕਮੀ ਹੋ ਗਈ ਜੇ ਟਾਈਮ ਆਪਾਂ ਦਈਏ ਤਾਂ ਉਹ ਲੋਕ ਅੱਜ ਵੀ ਉਹੀ ਉੱਥੇ ਪਿੰਡਾਂ 'ਚ ਉਹੀ ਕਰੈਕਟਰ ਨੇ ਅੱਜ ਵੀ ਜਦੋਂ ਕੋਈ ਆਰਟਿਸਟ ਪਿੰਡਾਂ 'ਚ ਜਾਂਦਾ ਤਾਂ ਉਹਨੂੰ ਦੇਖ ਕੇ ਉਹ ਜਿਹੜੀਆਂ ਬੁੜੀਆਂ ਨੇ ਉਹ ਸ਼ਰਮਾਉਂਦੀਆਂ ਓਲੇ ਲੁੱਕ ਜਾਂਦੀਆਂ ਨੇ ਹੈ ਨਾ ਚਾਹੁੰਦੀਆਂ ਨੇ ਅੰਦਰੋਂ ਬਟ ਉਹ ਉਹਨਾਂ ਦਾ ਇੰਨਾ ਜੇਰਾ ਨਹੀਂ ਹੁੰਦਾ ਵੀ ਆ ਸਕਣ ਅਤੇ ਇੱਕ ਦੂਜੇ ਨੂੰ ਦੇਖ ਦੇਖ ਹੱਸਣ ਲੱਗ ਜਾਂਦੀਆਂ ਨੇ ਉਹ ਸਾਦਗੀ ਹੈ ਸੋ ਪਿੰਡਾਂ ਤਾਂ ਆਲਵੇਜ਼ ਪਿੰਡ ਆ ਜੀ ਜਿਹੜਾ ਦਿਲ 'ਚ ਵੱਸਦਾ ਸੋ ਤੁਹਾਡੀ ਲਾਈਫ ਕਿਵੇਂ ਦੀ ਚੱਲ ਰਹੀ ਆ ਹੁਣ ਮੇਰੀ ਲਾਈਫ ਬਹੁਤ ਵਧੀਆ ਚੱਲ ਰਹੀ ਹੈ ਜੀ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਵੀ ਮੈਂ ਗਾਇਆ ਸਰੋਤਿਆਂ ਨੇ ਪ੍ਰਵਾਨ ਕੀਤਾ ਪੰਜਾਬੀਆਂ ਨੇ ਮਣਾ ਮੂੰਹੀ ਪਿਆਰ ਦਿੱਤਾ ਦੁਨੀਆ ਜੇ ਮੈਂ ਮਤਲਬ ਆਪਦੇ ਆਪ ਨੂੰ ਮੈਂ ਭਾਗਾਂ ਵਾਲਾ ਸਮਝਦਾ ਕਿ ਮੈਂ ਪੰਜਾਬ ਦੀ ਧਰਤੀ 'ਤੇ ਪੈਦਾ ਹੋਇਆ
ਕੋਈ ਮੈਂ ਪਤਾ ਹੀ ਨਹੀਂ ਕਿੰਨੇ ਚੰਗੇ ਕਰਮ ਕੀਤੇ ਹੋਣਗੇ ਪਿਛਲੇ ਜਨਮ ਦੇ ਪੁੰਨ ਕੀਤੇ ਹੋਣਗੇ ਵੀ ਮੇਰਾ ਜਿਹੜਾ ਬਰਥ ਹੈ ਉਹ ਪੰਜਾਬ 'ਚ ਹੋਇਆ ਤਾਂ ਮੈਂ ਉਹ ਜਿਹੜੀ ਮੇਰੀ ਪੇਂਡੂ ਲਾਈਫ ਹੈ ਉਹਨੂੰ ਲੈ ਕੇ ਨਾਲ ਨਾਲ ਕੈਰੀ ਕਰਕੇ ਚੱਲ ਰਿਹਾ ਸੋ ਜ਼ਿੰਦਗੀ ਨੂੰ ਮੈਂ ਥੋੜ੍ਹਾ ਜਿਹਾ ਪੇਂਡੂ ਟੱਚ ਦਿੱਤਾ ਹੋਇਆ ਰੱਖਿਆ ਹੋਇਆ ਚਾਹੇ ਉਹ ਬੋਲਬਾਣੀ 'ਚ ਹੋਵੇ ਚਾਹੇ ਰਹਿਣ ਸਹਿਣ 'ਚ ਹੋਵੇ ਕੱਪੜੇ ਪਾਉਣ ਦਾ ਸਭ ਨੂੰ ਹੱਕ ਹੈ ਤੁਸੀਂ ਜੋ ਮਰਜ਼ੀ ਪਾਓ ਦੁਨੀਆ ਦੇ ਨਾਲ ਚੱਲੋ ਮਾਡਰਨਾਈਜ਼ ਜਿੰਨੀਆਂ ਮਰਜ਼ੀ ਮਹਿੰਗੀਆਂ ਐਨਕਾਂ ਲਾਓ ਘੜੀਆਂ ਲਾਓ ਪਰ ਜਿਹੜਾ ਤੁਹਾਡਾ ਪਿਛੋਕੜ ਹੈ ਤੁਸੀਂ ਉਹ ਨਾ ਕਦੇ ਭੁੱਲੋ ਇਹ ਚੀਜ਼ਾਂ ਵੀ ਤੁਹਾਡਾ ਸ਼ੌਂਕ ਹੈ ਇਹ ਤੁਹਾਡਾ ਤੁਹਾਨੂੰ ਇੱਕ ਅੰਦਰੋਂ ਖੁਸ਼ੀ ਮਿਲਦੀ ਹੈ ਵੀ ਹਾਂ ਯਾਰ ਆਪਾਂ ਗੱਡੀ ਲਈਏ ਜਾਂ ਕੱਪੜੇ ਪਾਈਏ ਘੜੀਆਂ ਲਾਈਏ ਪਰ ਇਹਨਾਂ ਦੇ ਵਰਗਾ ਹੋ ਜਾਣਾ ਉਹ ਗੱਲ ਗਲਤ ਆ ਇਹਨਾਂ ਨੂੰ ਆਪਣੇ ਵਰਗਾ ਬਣਾ ਲਓ ਆਪਣੇ 'ਚ ਪਾ ਕੇ ਸਟਾਈਲ ਆ ਜਿਹੜਾ ਐਟੀਟਿਊਡ ਹੈ ਉਹ ਤੁਸੀਂ ਆਪਣਾ ਰੱਖੋ ਪੇਂਡੂ ਰੱਖੋ ਜੀ ਮੈਨੂੰ ਇਦਾਂ ਲੱਗ ਰਿਹਾ ਕਿ ਤੁਸੀਂ ਸਭ ਤੋਂ ਜ਼ਿਆਦਾ ਕਰੀਬ ਜੋ ਆਪਣੇ ਨਾਨੀ ਜੀ ਦੇ ਹੋ ਜੀ ਸੋ ਮਦਰ ਦਾ ਤੇ ਨਾਨੀ ਜੀ ਨਾਲ ਕਿਵੇਂ ਦਾ ਰਿਲੇਸ਼ਨ ਹੈ ਬਹੁਤ ਵਧੀਆ ਜੀ ਮਾਤਾ ਜੀ ਮੇਰੇ ਐਕਸਪਾਇਰ ਹੋ ਗਏ ਸੀ 2008 'ਚ ਤੇ ਜਿਵੇਂ ਸ਼ੁਰੂ ਤੋਂ ਮੈਂ ਪਲਿਆ ਆਪਦੇ ਨਾਨਕੇ ਆ 3 ਮਹੀਨੇ ਦਾ ਸੀ ਮੈਂ ਤੇ ਮੇਰੇ ਬ੍ਰਦਰ ਅਸੀਂ ਦੋ ਟਵਿੰਸ ਸੀਗੇ ਜੋੜੇ ਸੀਗੇ ਅਸੀਂ ਇੱਕ ਮੇਰਾ ਵੱਡਾ ਭਰਾ ਉਹ ਇੰਗਲੈਂਡ ਆਇਆ ਇਸ ਵੇਲੇ ਅਤੇ ਮੰਮੀ ਨੂੰ ਫਿਰ ਥੋੜ੍ਹਾ ਜਿਹਾ ਪ੍ਰੋਬਲਮ ਆਉਂਦੀ ਸੀ ਵੀ 3 ਬ੍ਰਦਰ ਹਾਂ ਇੱਕ ਆਲਰੇਡੀ ਪਹਿਲਾਂ ਵੱਡਾ ਅਤੇ 2 ਅਸੀਂ ਜੋੜੇ ਹੋ ਗਏ ਫਿਰ 1 ਨੂੰ ਨਾਨੀ ਜੀ ਨੇ ਅਡੋਪਟ ਕਰ ਲਿਆ ਸੀ ਨਾਨਕਿਆਂ ਨੇ ਮੈਨੂੰ ਕਰ ਲਿਆ ਸੀ ਹੈ ਨਾ ਮੈਂ ਆਪਦੇ ਤੁਸੀਂ ਇਹ ਲਾ ਲਓ ਮੈਂ ਕਹਿਣਾ ਹੀ ਆਪਦੀ ਨਾਨੀ ਨੂੰ ਬੀਬੀ ਕਹਿਣਾ ਹੀ ਸਿੱਖਿਆ ਨਾ ਮੈਂ ਮੰਮੀ 8ਵੀਂ 'ਚ ਮੈਨੂੰ ਪਤਾ ਲੱਗਿਆ ਵੀ ਅੱਛਾ ਵੀ ਆਹ ਮੇਰਾ ਪਿੰਡ ਹੈ ਅਤੇ ਇੱਥੇ ਮੇਰਾ ਡੈਡੀ ਹੈ ਮੇਰੇ ਮੰਮੀ ਨੇ ਮੇਰੇ ਭਰਾ ਨੇ ਉਹ ਮੈਨੂੰ ਬਾਅਦ 'ਚ ਪਤਾ ਲੱਗਿਆ ਫਿਰ ਮੇਰਾ ਮੈਨੂੰ ਕੀ ਕੀਤਾ ਜਿਵੇਂ ਪਿੰਡਾਂ 'ਚ ਆਮ ਹੀ ਇੱਕ ਰੀਤ ਹੁੰਦੀ ਹੈ ਵੀ ਚਲੋ ਹੁਣ ਬੱਚਾ ਵੱਡਾ ਹੋ ਗਿਆ ਅਸੀਂ ਪਾਲਤਾ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਡਨ ਹੋ ਗਈ ਅਤੇ ਮੇਰੀ ਨਾਨੀ ਨੇ ਕੀ ਕੀਤਾ ਜੀ ਮੈਨੂੰ ਛੱਡਿਆ ਦਾ ਮੇਰੇ ਪਿੰਡ ਆ ਕੇ ਉਹ ਆਪ ਵੀ ਬਹੁਤ ਰੋਈ ਅਤੇ ਮੈਂ ਉੱਥੇ ਮੇਰਾ ਦਿਲ ਨਾ ਲੱਗੇ ਅਤੇ ਮੈਨੂੰ ਲੱਗੇ ਵੀ ਯਾਰ ਨਹੀਂ ਵੀ ਇੱਥੇ ਰਹਿਣਾ ਮੇਰੇ ਬਸ ਦੀ ਕਹਾਣੀ ਨਹੀਂ ਹੈਗੀ ਦੁਬਾਰੇ ਮੈਨੂੰ ਪਤਾ ਵੀ ਮੈਂ 2 ਦਿਨ ਉੱਥੇ ਅਣਜਾਣਾ ਜਿਵੇਂ ਬੈਠਾ ਰਿਹਾ ਆਪਣਾ ਘਰ ਸੀ ਚਲੋ ਉਹਨਾਂ ਨੇ ਕੀਤਾ ਵੀ ਬਹੁਤ ਬਟ ਜਦੋਂ ਤੁਹਾਡਾ ਅੰਦਰੋਂ ਨਹੀਂ ਕਿਸੇ ਚੀਜ਼ ਨੂੰ ਮਨ ਕਰਦਾ ਤਾਂ ਤੁਸੀਂ ਨਹੀਂ ਖੁਸ਼ ਰਹਿ ਸਕਦੇ ਨਾਨੀ ਜੀ ਨੂੰ ਵਾਪਸ ਬੁਲਾਇਆ ਅਤੇ ਮੈਨੂੰ ਲੈ ਕੇ ਆਏ ਦੁਬਾਰੇ ਮੇਰੀ ਐਡਮਿਸ਼ਨ ਇੱਥੇ ਕਰਾਈ ਆ ਕੇ ਅਤੇ ਆਪਾਂ ਫਿਰ ਉਵੇਂ ਦੀ ਜ਼ਿੰਦਗੀ ਜਿਵੇਂ ਨੋਰਮਲ ਹੋ ਗਈ ਮੈਨੂੰ ਇੱਦਾਂ ਲੱਗਿਆ ਵੀ ਮੈਂ ਪਤਾ ਨਹੀਂ ਮੈਨੂੰ ਕਿੱਥੇ ਕੈਦ 'ਚ ਛੱਡ ਕੇ ਆਉਣ ਲੱਗਿਆ ਬਲਕਿ ਮੇਰਾ ਘਰ ਸੀ ਬਟ ਗੱਲ ਇਹਦੇ ਨਾਲ ਇਹ ਵੱਡੀ ਹੋ ਜਾਂਦੀ ਹੈ ਵੀ ਜਿੱਥੇ ਤੁਸੀਂ ਇਹ ਮੈਟਰ ਨਹੀਂ ਕਰਦਾ ਵੀ ਤੁਹਾਨੂੰ ਕਿਹਨੇ ਜਨਮ ਦਿੱਤਾ ਇਹ ਮੈਟਰ ਕਰਦਾ ਵੀ ਤੁਹਾਡਾ ਪਾਲਣ ਪੋਸ਼ਣ ਹੈ ਜਿਹੜਾ ਉਹ ਕਿੱਥੇ ਹੋਇਆ ਮਾਂ ਤਾਂ ਉਹਦਾ ਵੀ ਦਰਜਾ ਅਸੀਂ ਕਦੇ ਜ਼ਿੰਦਗੀ 'ਚ ਮੋੜ ਨਹੀਂ ਸਕਦੇ ਪਰ ਹਮੇਸ਼ਾ ਦੁਨੀਆ 'ਚ ਵੀ ਇਹ ਕਿਹਾ ਗਿਆ ਵੀ ਜੰਮਣ ਵਾਲੇ ਨਾਲੋਂ ਵੱਡਾ ਪਾਲਣ ਵਾਲਾ ਹਾਂ ਸੋ ਇਹ ਚੀਜ਼ ਮੇਰੇ ਨਾਲ ਹੋਈ ਹੈ ਸੋ ਮੈਂ ਇੱਥੇ ਆਇਆ ਅਤੇ ਉਦੋਂ ਬਾਅਦ 'ਚ ਮੈਂ ਇੱਥੇ ਹਾਂ ਜੀ ਪਰਮਾਨੈਂਟ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਸਭ ਤੋਂ ਜ਼ਿਆਦਾ ਡਰ ਆਪਣੀ ਮੰਮੀ ਤੋਂ ਨਹੀਂ ਬੱਚਿਆਂ ਨੂੰ ਇਨਫੈਕਟ ਆਪਣੀ ਮੰਮੀ ਤੋਂ ਸਭ ਤੋਂ ਵੱਧ ਡਰ ਲੱਗਦਾ ਪਰ ਤੁਹਾਨੂੰ ਆਪਣੇ ਮਾਮਾ ਜੀ ਤੋਂ ਸਭ ਤੋਂ ਵੱਧ ਡਰ ਲੱਗਦਾ ਸੀ ਸੋ ਇੰਨਾ ਖੌਫ ਕਿਉਂ ਸੀ ਉਹਨਾਂ ਦਾ ਉਹਨਾਂ ਦਾ ਮੈਨੂੰ ਇਕੱਲੇ ਨੂੰ ਖੌਫ ਨਹੀਂ ਸੀ ਮੈਨੂੰ ਤਾਂ ਥੋੜ੍ਹਾ ਜਿਹਾ ਵੱਧ ਸੀਗਾ ਸਾਡਾ ਜਿੰਨਾ ਵੀ ਸਾਡੇ ਮਾਸੀਆਂ ਦੇ ਪੁੱਤ ਮਾਮਾ ਜੀ ਦੇ ਬੇਟੇ ਬੇਟੀ ਜਿੰਨੇ ਵੀ ਅਸੀਂ ਭੈਣ ਭਰਾ ਸੀ ਜਿਵੇਂ ਪਹਿਲਾਂ ਪਰਿਵਾਰਾਂ 'ਚ ਕੀ ਹੁੰਦਾ ਸੀ ਇੱਕ ਲਾਣੇਦਾਰ ਹੁੰਦਾ ਸੀ ਜਿਹਦੇ ਹੱਥ ਸਾਰੀ ਮੁਖਤਿਆਰੀ ਹੁੰਦੀ ਸੀ ਘਰ ਦੀ ਉਹ ਡਿਸੀਜ਼ਨ ਮੇਕਰ ਹੁੰਦਾ ਸੀ ਸਾਰੇ ਘਰ ਦਾ ਅਤੇ ਉਹ ਸਾਡੇ ਮਾਮਾ ਜੀ ਸੀ ਅਤੇ ਇੱਕ ਉਹ ਅੱਜ ਤੱਕ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਸ਼ੇਅਰ ਕੀਤੀ ਹੈ ਵੀ ਅੱਜ ਤੱਕ ਉਹਨਾਂ ਨੇ ਮੈਨੂੰ ਜ਼ਿੰਦਗੀ 'ਚ ਕੁਛ ਨਹੀਂ ਕਿਹਾ ਅੱਜ ਤੱਕ ਪਰ ਉਹਨਾਂ ਦੀ ਉਹ ਅੱਖ ਦੀ ਘੂਰ ਹੀ ਇੰਨੀ ਮਤਲਬ ਉਹ ਦੇਖ ਲੈਂਦੇ ਸੀ ਤਾਂ ਸਾਡੇ ਨੇ ਜਿਹੜੇ ਸਾਹ ਸੁੱਕ ਜਾਂਦੇ ਸੀ ਮੈਂ ਇੱਕ ਪੜ੍ਹਨ 'ਚ ਇੰਨਾ ਨਲਾਇਕ ਇੰਨਾ ਜ਼ਿਆਦਾ ਨਲਾਇਕ ਮੈਂ ਕਹਿੰਦਾ ਵੀ ਪੁੱਛੋ ਹੀ ਕੁਛ ਨਾ ਪੇਪਰ ਵੀ ਨਹੀਂ ਅੱਧੇ ਤਾਂ ਮੈਂ ਦੇਣ ਜਾਂਦਾ ਸੀ ਸਕੂਲ 'ਚ ਇਹੀ ਡਰ ਲੱਗਦਾ ਰਹਿੰਦਾ ਸੀ ਵੀ ਹੁਣ ਯਾਰ ਰਿਪੋਰਟ ਕਾਰਡ ਵਾਸਤੇ ਬੁਲਾਉਣਗੇ 2 ਵਾਰੀ ਤਾਂ ਜੁਗਾੜ ਕੀਤਾ ਪਿੰਡ 'ਚ ਉੱਥੇ ਕਿਸ ਤੋਂ ਕਰਵਾ ਤਾ ਚਾਚਾ ਬਣਾ ਕੇ ਕਿਸੇ ਨੂੰ ਨਾ ਮਾਮਾ ਬਣਾ ਕੇ 1-2 ਵਾਰੀ ਉਵੇਂ ਪੇਪਰ ਐਨ ਪੈੱਨ ਨਾਲ ਵਧਾ ਦਿੰਦੇ ਸੀ ਨੰਬਰ ਘਟਾ ਦਿੰਦੇ ਸੀ ਕਰਕੇ ਸਾਈਨ ਸੂਇਨ ਕਰਾਏ ਜਾਂ ਮਾਮੀ ਜੀ ਤੋਂ ਕਰਾ ਲੈਣੇ ਮੈਡਮਾਂ ਨੂੰ ਵਿਚਾਰੀਆਂ ਨੂੰ ਉਹ ਸਾਡਾ ਮਾਹੌਲ ਥੋੜ੍ਹਾ ਜਿਹਾ ਉਵੇਂ ਸੀਗਾ ਵੀ ਅਸੀਂ ਕਣਕ ਦੀ ਬੋਰੀ ਦੇ ਕੇ ਪਾਸ ਹੋਣ ਵਾਲੇ ਹਾਂ ਨਾ ਜਿਵੇਂ ਅਸੀਂ ਪਿੰਡਾਂ 'ਚ ਰਹਿੰਦੇ ਸੀ ਤਾਂ ਕੋਈ ਸਾਡਾ ਮਾਸਟਰ ਸੀ ਇੰਚਾਰਜ ਸੀ ਅਸੀਂ ਕਦੇ ਉਹਨੂੰ ਮੱਕੀ ਦੇ ਦੇਣੀ ਕਦੇ ਸਾਗ ਦੇ ਦੇਣਾ ਕਦੇ ਅਮਰੂਦ ਉਵੇਂ ਹੀ ਪਾਸ ਪੂਸ ਕਰ ਦਿੰਦਾ ਸੀ ਵਿਚਾਰਾ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਅਤੇ ਉਹ ਮਾਮਾ ਜੀ ਦਾ ਖੌਫ ਬਹੁਤ ਹੁੰਦਾ ਸੀ ਵੀ ਯਾਰ ਜੇ ਪਤਾ ਲੱਗ ਗਿਆ ਵੀ ਸਾਰੇ ਸਬਜੈਕਟਾਂ 'ਚ ਫੇਲ ਹੋ ਗਿਆ ਵੀ ਕੁੱਟਣਗੇ ਬਹੁਤ ਹੈ ਨਾ ਪਰ ਉਹਨਾਂ ਨੇ ਕਦੇ ਕੁੱਟਿਆ ਨਹੀਂ ਅੱਜ ਤੱਕ ਉਵੇਂ ਇੱਕ ਉਹਨਾਂ ਦਾ ਦਿਲ 'ਚ ਡਰ ਹੁੰਦਾ ਸੀ ਸ਼ੁਰੂ ਤੋਂ ਸੋ ਅੱਜ ਵੀ ਤੁਸੀਂ ਨਾਨੀ ਘਰ ਹੀ ਰਹਿੰਦੇ ਹੋ ਆਪਣੇ ਮੈਂ ਬਿਲਕੁਲ ਨਾਨੀ ਜੀ ਦੇ ਘਰੇ ਰਹਿਣਾ ਜੀ ਉਹਦੇ ਲਈ ਉਹ ਇੱਕ ਵੱਖ ਗੱਲ ਆ ਵੀ ਹੁਣ ਮੈਨੂੰ ਮੋਹਾਲੀ ਇੱਥੇ ਘਰ ਲੈ ਕੇ ਰਹਿਣਾ ਪੈਂਦਾ ਕੰਮ ਕਰ ਇੱਥੇ ਨਾਨੀ ਜੀ ਮੇਰੇ ਕੋਲ ਆ ਜਾਂਦੇ ਆ ਮੈਂ ਪਿੰਡ ਚਲੇ ਜਦੋਂ ਵੀ ਮਤਲਬ ਮੇਰਾ ਇਦਾਂ ਹੁੰਦਾ ਵੀ 2-3 ਦਿਨਾਂ ਬਾਅਦ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਮੈਂ ਰਹਿਣਾ ਉੱਥੇ ਹੀ ਆ ਅੱਛਾ ਜੀ ਸੋ ਹੁਣ ਤੁਸੀਂ ਇੰਨੇ ਜ਼ਿਆਦਾ ਸਕਸੈਸਫੁਲ ਹੋ ਗਏ ਹੋ ਲੋਕਾਂ ਦੇ ਦਿਲਾਂ 'ਚ ਤੁਹਾਡੀ ਬਹੁਤ ਵੱਡੀ ਜਗ੍ਹਾ ਬਣ ਗਈ ਹੈ ਬਹੁਤ ਪਸੰਦ ਕਰਦੇ ਨੇ ਲੋਕ ਤੁਹਾਨੂੰ ਸੋ ਤੁਹਾਡਾ ਬਚਪਨ 'ਚ ਨਾਂ ਸੀਗਾ ਜਸਪ੍ਰੀਤ ਸਿੰਘ
ਤੁਹਾਨੂੰ ਪਸੰਦ ਸੀ ਜੱਸਾ ਜੱਟ ਤੇ ਸਟੇਜ ਨੇਮ ਪੈ ਗਿਆ ਜਸ ਬਾਜਵਾ ਸੋ ਸਟੇਜ ਨੇਮ ਦੇ ਪਿੱਛੇ ਸਟੋਰੀ ਕੀ ਹੈ ਸਟੇਜ ਨੇਮ ਦੇ ਜਦੋਂ ਅਸੀਂ ਐਲਬਮ ਚੱਕ ਮੀ ਮੜੀਰ ਸ਼ੁਰੂ ਕੀਤੀ ਐਲਬਮ ਤੋਂ ਪਹਿਲਾਂ ਮੈਂ ਤਕਰੀਬਨ 4-5 ਗੀਤ ਕੀਤੇ ਜਿਹੜੇ ਸਟਰਗਲ ਟਾਈਮ 'ਚ 2008 'ਚ ਮੈਂ ਪਹਿਲਾ ਗਾਣਾ ਕਰਤਾ ਸੀ ਆਪਦਾ ਐਜ਼ ਐਨ ਓਫੀਸ਼ਲੀ ਉਹਦੀ ਵੀਡੀਓ ਟੀ ਵੀ 'ਤੇ ਚੱਲੀ ਸਾਰਾ ਕੁਛ ਪਰ ਉਹ ਗਾਣਾ ਨਹੀਂ ਚੱਲਿਆ ਪਤਾ ਨਹੀਂ ਸੀ ਵੀ ਇੱਕ ਕੰਟੈਂਟ ਹੁੰਦਾ ਗਾਣੇ ਚੱਲਦੇ ਆ ਬਸ ਉਦੋਂ ਇੱਥੇ ਤੱਕ ਦੌੜ ਸੀ ਜਿਹੜਾ ਬੰਦਾ ਟੀ ਵੀ 'ਤੇ ਆ ਜਾਂਦਾ ਵੀ ਉਹ ਸੁਪਰ ਸਟਾਰ ਬਣ ਜਾਂਦਾ ਵੀ ਆਪਾਂ ਟੀ ਵੀ 'ਤੇ ਹੀ ਆਉਣਾ ਅਤੇ ਗਾਉਣਾ ਬਸ ਚਲੋ ਜੀ ਚੱਲ ਪਿਆ ਸਟਰਗਲ ਕਰਨੀ ਸ਼ੁਰੂ ਕਰਤੀ 2014 'ਚ ਆ ਗਏ ਆਪਾਂ ਐਲਬਮ ਰੈਡੀ ਕਰ ਲਈ ਫਿਰ ਮੈਂ ਅੜਿਆ ਹੋਇਆ ਸੀਗਾ ਮੈਨੂੰ ਮੇਰੀ ਮਾਤਾ ਮੈਨੂੰ ਜੱਸੇ ਨਾਮ ਨਾਲ ਬੁਲਾਉਂਦੀ ਸਾਰੇ ਮੈਨੂੰ ਜੱਸਾ ਹੀ ਕਹਿੰਦੇ ਆ ਹੁਣ ਤਾਂ ਲੋਕ ਵੀ ਆਮ ਵੀ ਜੇ ਕੋਈ ਮੈਨੂੰ ਮਿਲਦਾ ਤਾਂ ਜੱਸਾ ਬਾਈ ਹੀ ਕਹਿੰਦਾ ਨਾ ਹਾਂ ਅਤੇ ਸ਼ੁਰੂ ਤੋਂ ਮੈਨੂੰ ਜੱਸਾ ਜੱਟ ਜ਼ਿਆਦਾ ਪਸੰਦ ਹੈ ਮੈਨੂੰ ਐਂ ਸੀ ਵੀ ਆਪਦਾ ਮੈਂ ਆਹ ਨਾਂ ਰੱਖਣਾ ਜੱਸਾ ਜੱਟ ਸੋ ਸਾਡੇ ਜਿਹੜੇ ਸਲਾਹਕਾਰ ਸੀ ਉਹ ਕਹਿੰਦੇ ਯਾਰ ਕੱਲ੍ਹ ਨੂੰ ਕੁੜੀਆਂ ਨਾਂ ਲਿਆ ਕਰਨਗੀਆਂ ਉਹ ਕਿਵੇਂ ਕਿਆ ਕਰਨਗੀਆਂ ਵੀ ਜੱਸਾ ਜੱਟ ਨਾ ਉਵੇਂ ਔਡ ਜਿਹਾ ਲੱਗਦਾ ਵੀ ਨਹੀਂ ਯਾਰ ਵੀ ਆਪਾਂ ਜੱਸ ਕਰ ਦਿੰਦੇ ਹਾਂ ਵੀ ਸਰਨੇਮ ਲਾ ਦਿੰਦੇ ਹਾਂ ਜੱਸ ਦੇ ਪਿੱਛੇ ਜੱਸ ਬਾਜਵਾ ਕਰ ਦਿੰਦੇ ਹਾਂ ਵੀ ਇਹ ਇੱਕ ਤਾਂ ਉੱਦਾਂ ਵੀ ਸੋਹਣਾ ਜਿਹਾ ਲੱਗਦਾ ਇੱਕ ਰਾਈਮਿੰਗ ਜੀ ਵੀ ਬਣਦੀ ਆ ਚਲੋ ਉਹ ਅਸੀਂ ਮੈਂ ਚਾਹੁੰਦਾ ਤਾਂ ਨਹੀਂ ਸੀਗਾ ਪਰ ਰੱਬ ਨੇ ਮੇਰੀ ਸੁਣ ਲਈ ਚਲੋ ਉਦੋਂ ਅਸੀਂ ਸ਼ੁਰੂ ਕਰ ਲਿਆ ਉਸ ਨਾਂ ਨਾਲ ਪਰ ਅੱਜ ਮੈਨੂੰ ਸਾਰੇ ਲੋਕ ਜੱਸੇ ਦੇ ਨਾਂ ਨਾਲ ਹੀ ਜਾਣਦੇ ਆ ਚਾਹੇ ਮੈਂ ਕਿਤੇ ਬਾਹਰ ਚਲੇ ਜਾਵਾਂ ਚਾਹੇ ਮੈਂ ਕਿਤੇ ਸ਼ੋਅ 'ਤੇ ਚਲੇ ਜਾਵਾਂ ਜਿੰਨੇ ਵੀ ਬੰਦੇ ਮੈਨੂੰ ਬੁਲਾਉਣਗੇ ਉਹ ਜੱਸਾ ਹੀ ਕਹਿਣਗੇ ਉਹ ਮੇਰਾ ਮੈਨੂੰ ਲੱਗਦਾ ਮੇਰੇ ਦੋ ਨਾਂ ਨੇ ਮੈਨੂੰ ਮੈਂ ਹੁਣ ਸੋਚਦਾ ਸੀ ਪਿੱਛੇ ਜੇ ਵੀ ਯਾਰ ਮੈਂ ਆਪਦਾ ਨਾ ਡ੍ਰੀਮ ਪੂਰਾ ਕਰ ਲਵਾਂ ਜੱਸ ਬਾਜਵਾ ਹਟਾ ਕੇ ਮੈਂ ਜੱਸਾ ਜੱਟ ਹੀ ਕਰ ਦੇਵਾਂ ਬਟ ਫਿਰ ਮੇਰੇ ਦੋਸਤ ਕਹਿੰਦੇ ਯਾਰ ਜਿਹੜਾ ਚੱਲਦਾ ਹੈ ਉਹੀ ਚੱਲਣ ਦਿਓ ਠੀਕ ਹੈ ਜੋ ਚੱਲਦਾ ਲੋਕਾਂ ਨੂੰ ਤਾਂ ਪਤਾ ਲੱਗ ਹੀ ਗਿਆ ਮੈਂ ਜੋ ਚਾਹੁੰਦਾ ਸੀ ਸਾਨੂੰ ਉਦੋਂ ਇਹ ਨਹੀਂ ਪਤਾ ਸੀਗਾ ਵੀ ਨਾਂ ਨਹੀਂ ਮੈਟਰ ਕਰਦਾ ਤੁਹਾਡਾ ਟੈਲੈਂਟ ਮੈਟਰ ਕਰਦਾ ਜੇ ਤੁਸੀਂ ਚੱਲਣਾ ਤਾਂ ਤੁਸੀਂ ਜੱਸਾ ਜੱਟ ਬਣ ਕੇ ਵੀ ਚੱਲ ਜਾਣਾ ਜੇ ਤੁਸੀਂ ਨਹੀਂ ਚੱਲਣਾ ਤਾਂ ਤੁਸੀਂ ਜੱਸ ਬਾਜਵਾ ਬਣ ਕੇ ਵੀ ਨਹੀਂ ਚੱਲਣਾ ਸੱਚੀ ਦਿਲੋਂ ਕਹਾਂਗੀ ਕਿ ਤੁਹਾਡੇ ਵਿਚਾਰ ਜੋ ਨੇ ਉਹ ਬਹੁਤ ਬਹੁਤ ਸੋਹਣੇ ਨੇ ਬਹੁਤ ਮਿਹਰਬਾਨੀ ਬਹੁਤ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਥੈਂਕ ਯੂ ਤੁਸੀਂ ਦੱਸਿਆ ਕਿ ਜਿਹੜੇ ਕਰਦੇ ਸੀਗੇ ਉਹ ਰੈਡੀ ਨਹੀਂ ਸੀਗੇ ਚਾਹੁੰਦੇ ਨਹੀਂ ਸੀਗੇ ਕਿ ਤੁਸੀਂ ਆਰਟਿਸਟਿਕ ਲਾਈਨ 'ਚ ਜਾਓ ਤਾਂ ਸਭ ਤੋਂ ਪਹਿਲਾਂ ਜਾ ਕੇ ਕਿਹਨੂੰ ਦੱਸਿਆ ਕਿ ਮੈਂ ਸਿੰਗਰ ਬਣਨਾ ਚਾਹੁੰਦਾ ਹਾਂ ਜਿੰਮੀ ਨੂੰ ਮੇਰਾ ਦੋਸਤ ਹੈ ਜਿੰਮੀ ਜਸਪਾਲੋਂ ਉਹ ਆਲਵੇਸ ਸ਼ੁਰੂ ਤੋਂ ਨਾਲ ਹੀ ਹੈ ਜੀ ਮੇਰੇ ਉਹਨੂੰ ਮੈਂ ਦੱਸਿਆ ਵੀ ਇੱਦਾਂ ਦਾ ਕਰਕੇ ਆਰਟਿਸਟ ਉਹਨੂੰ ਤਾਂ ਚਲੋ ਪਤਾ ਹੀ ਸੀ ਅਸੀਂ ਇਕੱਠੇ ਪੜ੍ਹੇ ਹਾਂ 20 ਸਾਲ ਪੁਰਾਣੇ ਦੋਸਤ ਹਾਂ ਉਹਨੇ ਕਦੇ ਮਤਲਬ ਮੈਨੂੰ ਲੱਗਦਾ ਵੀ ਸੀ ਮੈਂ ਜ਼ਿੰਦਗੀ 'ਚ ਕਦੇ ਮੇਰੇ ਨੱਕ ਦਾ ਇੱਕ ਵਾਰੀ ਆਪਰੇਸ਼ਨ ਹੋਇਆ ਡਾਕਟਰ ਨੇ ਮੈਨੂੰ ਜਵਾਬ ਦਿੱਤਾ ਵੀ ਤੂੰ ਨਹੀਂ ਗਾ ਸਕਦਾ ਟੌਨਸਲਸ ਹੋ ਗਏ ਗਲੇ 'ਚ ਹੋ ਗਏ ਅਤੇ ਨੱਕ 'ਚ ਹੋ ਗਏ ਬਹੁਤ ਵੱਡਾ ਆਪਰੇਸ਼ਨ ਹੋਇਆ 3 ਸਾਲ ਉਹਦੀ ਮੈਂ ਦਵਾਈ ਉਹ ਖਾਈ ਗਿਆ ਦੂਜੀ ਗੱਲ ਮੈਂ ਕਿਸੇ ਤੋਂ ਸਿੱਖਿਆ ਨਹੀਂ ਤੀਜੀ ਗੱਲ ਵੀ ਘਰਦੇ ਨਹੀਂ ਲੋਅ ਕਰਦੇ ਸੀ ਫਿਰ ਮੈਂ ਖੇਤਾਂ 'ਚ ਚਲੇ ਜਾਂਦਾ ਸੀ ਉੱਚੀ ਉੱਚੀ ਗਾਉਂਦਾ ਸੀ ਮੈਂ ਬਹੁਤ ਆਪਦੀਆਂ ਵੱਟਾਂ 'ਤੇ ਉਹਦੇ ਨਾਲ ਮੇਰਾ ਗਲਾ ਜਿਹੜਾ ਖੁੱਲ੍ਹਦਾ ਗਿਆ ਮੈਨੂੰ ਮਤਲਬ ਸ਼ੁਰੂ ਤੋਂ ਗਾਉਣ ਦਾ ਬਹੁਤ ਜ਼ਿਆਦਾ ਜਨੂੰਨ ਸੀ ਉਹ ਜਿਹੜਾ ਮੈਂ ਗਾਉਂਦਾ ਸੀ ਚਾਹੇ ਰਾਤ ਨੂੰ ਚਾਹੇ ਦਿਨੇ ਸਕੂਲ ਜਾਣਾ ਆਉਣ ਲੱਗੇ ਗਾਉਂਦਾ ਇਕੱਲਾ ਹੀ ਸੀਗਾ ਸ਼ਾਇਦ ਸੀ ਸ਼ਰਮ ਬਹੁਤ ਆਉਂਦੀ ਸੀ ਜੇ ਕਿਸੇ ਨੇ ਕਹਿਣਾ ਸਕੂਲ 'ਚ ਵੀ ਤੂੰ ਗਾਣਾ ਯਾਰ ਗਾਉਂਦਾ ਉੱਦਾਂ ਗਾਉਂਦਾ ਰਹਿੰਦਾ ਤੂੰ ਸਕੂਲ 'ਚ ਸੁਣਾ ਦੇ ਨਹੀਂ ਸੁਣਾਇਆ ਕਦੇ ਅੱਜ ਤੱਕ ਨਹੀਂ ਕਦੇ ਵੀ ਸੁਣਾਇਆ ਮੈਂ ਸਕੂਲ 'ਚ ਮਤਲਬ ਮੈਨੂੰ ਲੱਗਦਾ ਸੀ ਵੀ ਨਹੀਂ ਯਾਰ ਕੁੜੀਆਂ ਦੇ ਸਾਹਮਣੇ ਮੇਰੇ ਤੋਂ ਗਾਇਆ ਹੀ ਨਹੀਂ ਜਾਊਗਾ ਸੰਗ ਮੈਨੂੰ ਅੱਜ ਵੀ ਉਹਨੂੰ ਹੀ ਲੱਗਦੀ ਹੈ ਅੱਜ ਵੀ ਕਈ ਵਾਰੀ ਨਾ ਜਿਵੇਂ ਮਾਹੌਲ ਹੋ ਜਾਂਦਾ ਚਾਹੇ ਉਹ ਵਿਆਹ 'ਤੇ ਹੋਵੇ ਚਾਹੇ ਕਿਤੇ ਕੁੜੀਆਂ 'ਚ ਹੋਵੇ ਮੇਰੇ ਤੋਂ ਨਹੀਂ ਅੱਖ ਚੱਕ ਪੈਂਦੀ ਮੈਨੂੰ ਬਹੁਤ ਝਿਜਕ ਅੰਦਰੋਂ ਮੈਨੂੰ ਸੰਗ ਲੱਗਦੀ ਹੈ ਨਾ ਮੇਰਾ ਆਪਦੀ ਨੇਚਰ ਹੈ ਸੋ ਮੈਂ ਇਕੱਲਾ ਗਾਉਂਦਾ ਸੀ ਉਸ ਗਾਉਣੇ ਨੇ ਉਹ ਮੇਰਾ ਰਿਆਜ਼ ਸੀ ਜਿਹਨੇ ਮੈਨੂੰ ਬਚਾਤਾ ਜਿਹਨੇ ਚਲੋ ਮਹਾਰਾਜ ਨੇ ਕਰਵਾਇਆ ਜੋ ਕੁਛ ਵੀ ਕਰਵਾਇਆ ਬਟ ਇੱਕ ਹੁੰਦਾ ਉਸਤਾਦ ਤੁਸੀਂ ਸਿੱਖਣਾ ਕਿਸੇ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ ਫਿਰ ਫੀਲ ਹੋਇਆ ਜਦੋਂ ਇਹ ਲਾਈਨ 'ਚ ਆ ਗਏ ਰਿਕਾਰਡਿੰਗਾਂ ਕਰਨ ਲੱਗ ਗਏ ਫਿਰ ਪਤਾ ਲੱਗਿਆ ਵੀ ਨਹੀਂ ਯਾਰ ਜਿਹੜੀ ਬੇਸਿਕ ਟ੍ਰੇਨਿੰਗ ਹੈ ਉਹ ਬਹੁਤ ਜ਼ਰੂਰੀ ਹੈ ਬਾਜਾ ਤੁਹਾਨੂੰ ਚਾਹੇ ਤੁਸੀਂ ਪਹਿਲਾਂ ਵਜਾ ਲਓ ਚਾਹੇ ਬਾਅਦ 'ਚੋਂ ਵਜਾ ਲਓ ਬਾਅਦ 'ਚੋਂ ਵਜਾਓਗੇ ਤਾਂ ਤੁਹਾਡੇ ਕੋਲ ਟਾਈਮ ਨਹੀਂ ਹੋਊਗਾ ਤੁਹਾਡਾ ਟਾਈਮ ਬਹੁਤ ਸ਼ੋਰਟ ਹੋਊਗਾ ਸੋ ਪਹਿਲਾਂ ਜ਼ਰੂਰੀ ਹੈ ਕਿਸੇ ਵੀ ਫੀਲਡ 'ਚ ਆਉਣਾ ਉਹਦਾ ਰਿਆਜ਼ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਚਾਹੇ ਕੋਈ ਵੀ ਕੰਮ ਹੈ ਸੋ ਫਿਰ ਮੈਂ ਰਿਆਜ਼ ਕੀਤਾ ਜੀ ਆਪਣੀ ਐਲਬਮ ਦੇ ਨਾਲ ਨਾਲ ਜਦੋਂ ਰੈਡੀ ਕਰਨ ਲੱਗੇ ਤਿਆਰੀ ਕੀਤੀ ਥੋੜ੍ਹਾ 6 ਮਹੀਨੇ ਲਾਏ ਉਦੋਂ ਬਾਅਦ 'ਚ ਐਲਬਮ ਡੱਬ ਕੀਤੀ ਅਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਵਧੀਆ ਹੋ ਗਿਆ ਸਾਰਾ ਕੁਛ ਅਤੇ ਜਦ ਉਸ ਵੇਲੇ ਜਦ ਆਪਰੇਸ਼ਨ ਹੋਇਆ ਅਤੇ ਡਾਕਟਰ ਨੇ ਮਨਾ ਕਰਤਾ ਕਿ ਤੁਸੀਂ ਗਾ ਨਹੀਂ ਪਾਓਗੇ ਜੀ ਸੋ ਕੀ ਚੱਲਦਾ ਸੀ ਉਸ ਵੇਲੇ ਦਿਮਾਗ 'ਚ ਡਰ ਸੀਗਾ ਕਿ ਜੋ ਚੀਜ਼ ਮੈਂ ਕਰਨਾ ਚਾਹੁੰਦਾ ਹਾਂ ਆਉਣ ਵਾਲੀ ਲਾਈਫ 'ਚ ਉਹ ਮੈਂ ਕਰ ਪਾਊਂਗਾ ਨਹੀਂ ਕਰ ਪਾਊਂਗਾ ਉਦੋਂ ਮੇਰੀਆਂ ਇਕੱਲੇ ਦੀਆਂ ਹੀ ਇਕੱਲੇ ਨਾਲ ਸਲਾਹਾਂ ਸੀ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਮੁੰਡਾ ਗਾਉਂ ਮਤਲਬ ਆਂਢ ਗੁਆਂਢ 'ਚ ਪਤਾ ਸੀ ਮੈਂ ਜਦੋਂ ਸਾਡੇ ਮੇਰੇ ਨਾਨਾ ਜੀ ਸਰਦਾਰ ਗੁਰਨਾਮ ਸਿੰਘ ਜੀ ਪਟਵਾਰੀ ਸੀ ਉਹ ਮੈਂ ਉਹਨਾਂ ਦੀ ਰੋਟੀ ਲੈ ਕੇ ਬੈਠਕ 'ਚ ਪੈਂਦੇ ਹੁੰਦੇ ਸੀ ਜਦੋਂ ਮੈਂ ਜਾਣਾ ਮਾਮੀ ਜੀ ਨੇ ਮੈਨੂੰ ਫੜਾ ਦੇਣੀ ਪਲੇਟ ਅਤੇ ਮੈਂ ਜਦੋਂ ਜਾਣਾ ਮੈਂ ਗਾਉਂਦੇ ਨੇ ਹੀ ਜਾਣਾ ਉੱਥੋਂ ਤੱਕ ਆਲੇ ਦੁਆਲੇ ਵਾਲਿਆਂ ਨੂੰ ਪਤਾ ਸੀ ਵੀ ਇਹ ਮੁੰਡਾ ਰੋਜ਼ ਗਲੀ 'ਚੋਂ ਲੰਘਦਾ ਸਾਡੇ ਹੀ ਘਰ ਸੀ ਮਾਮਿਆਂ ਦੇ ਵੀ ਇਹ ਗਾਉਂਦਾ
ਪਰ ਕੋਈ ਸੀਰੀਅਸ ਨਹੀਂ ਸੀ ਵੀ ਮਤਲਬ ਚੰਗਾ ਹੀ ਨਹੀਂ ਸਮਝਦੇ ਸੀ ਗਾਇਕੀ ਨੂੰ ਅੱਜ ਤੱਕ ਨਹੀਂ ਚੰਗਾ ਸਮਝਦੇ ਹੁਣ ਆ ਜਿਹੜੀ ਵਿਚਾਰਧਾਰਾ ਅੱਜ ਦੀ ਡੇਟ 'ਚ ਉਹ ਚੇਂਜ ਹੈ ਅੱਜ ਇੱਜ਼ਤ ਵੀ ਮਿਲਦੀ ਹੈ ਅੱਜ ਰਿਸਪੈਕਟ ਵੀ ਮਿਲਦੀ ਹੈ ਕੱਲ੍ਹ ਨੂੰ ਮੇਰੇ ਘਰ ਕੋਈ ਬੱਚਾ ਜਨਮ ਲਊਗਾ ਅਤੇ ਉਹ ਜਾਊਗਾ ਮੈਂ ਨਹੀਂ ਰੋਕੂੰਗਾ ਮੇਰੇ ਘਰਦੇ ਵੀ ਨਹੀਂ ਰੋਕਣਗੇ ਜੋ ਚਿੱਤ ਕਰਦਾ ਉਹ ਕਰੂਗਾ ਬਟ ਇਹ ਹੈ ਵੀ ਜਿਹੜਾ ਟਾਈਮ ਸਾਡਾ ਸੀ ਉਦੋਂ ਥੋੜ੍ਹਾ ਜਿਹਾ ਸੀਗਾ ਵੀ ਨਹੀਂ ਯਾਰ ਇਹ ਕੰਮ 'ਚ ਨਹੀਂ ਜਾਣਾ ਤੁਸੀਂ ਕੋਈ ਹੋਰ ਕੰਮ ਕਰੋ ਉਹਦੇ 'ਚ ਇੱਜ਼ਤ ਵੱਧ ਹੈ ਇਹਦੇ 'ਚ ਨਹੀਂ ਸੋ ਤਾਂ ਕਰਕੇ ਸਟਰਗਲ ਥੋੜ੍ਹੀ ਜਿਹੀ ਵੱਧ ਕਰਨੀ ਪਈ ਆਪਦੇ ਆਪ ਨਾਲ ਹੀ ਸਲਾਹਾਂ ਕਰਦੇ ਸੀ ਜਦੋਂ ਪਤਾ ਲੱਗਿਆ ਵੀ ਓਪਰੇਸ਼ਨ ਹੋਣਾ ਨਹੀਂ ਗਾਇਆ ਜਾਂਦਾ ਉਹ ਮੈਂ ਜਿੰਮੀ ਨਾਲ ਗੱਲ ਸ਼ੇਅਰ ਕੀਤੀ ਜਿੰਮੀ ਕਹਿੰਦਾ ਕੋਈ ਗੱਲ ਨਹੀਂ ਵਾਹਿਗੁਰੂ ਭਲਾ ਕਰੂਗਾ ਓਪਰੇਸ਼ਨ ਹੋਇਆ ਅਤੇ ਸਾਲ ਦੋ ਸਾਲ ਦਾ ਗੈਪ ਰਿਹਾ ਉਦੋਂ ਬਾਅਦ 'ਚ ਦੁਬਾਰੇ ਵੋਕਲ ਟੋਨ ਦਾ ਫਰਕ ਤਾਂ ਪੈ ਗਿਆ ਬਟ ਗਾਉਣ ਲੱਗ ਗਿਆ ਮੈਂ ਠੀਕ ਜਿਵੇਂ ਵੀ ਗਾਉਣਾ ਚੰਗਾ ਮਾੜਾ ਗਾਉਣਾ ਸਰੋਤਿਆਂ ਨੇ ਪ੍ਰਵਾਨ ਕਰ ਲਿਆ ਜੀ ਤੁਸੀਂ ਗੱਲਾਂ ਗੱਲਾਂ ਵਿੱਚ ਦੱਸਿਆ ਕਿ ਮੈਂ ਅਮਰਿੰਦਰ ਗਿੱਲ ਦੇ ਗਾਣਿਆਂ ਨੂੰ ਕਾਪੀ ਕਰਦਾ ਸੀ ਅਤੇ ਗਾਉਂਦਾ ਹੁੰਦਾ ਸੀ ਉਸ ਵੇਲੇ ਸੋ ਇੱਕ ਅਮਰਿੰਦਰ ਗਿੱਲ ਜੀ ਦਾ ਗਾਣਾ ਹੋ ਜਾਵੇ ਹਾਂਜੀ ਅਮਰਿੰਦਰ ਬਾਈ ਨੇ ਤਾਂ ਆਲਵੇਜ਼ ਹੀ ਜੋ ਕੁਛ ਗਾਇਆ ਪਹਿਲੇ ਦਿਨ ਤੋਂ ਹੀ ਬਹੁਤ ਸੋਹਣਾ ਗਾਇਆ ਬਹੁਤ ਵਧੀਆ ਮੈਨੂੰ ਬਾਈ ਬਹੁਤ ਪਸੰਦ ਹੈ ਚਾਹੇ ਉਹ ਬਾਈ ਦੀ ਐਕਟਿੰਗ ਹੋਵੇ ਬਹੁਤ ਨੈਚੁਰਲ ਹੈ ਚਾਹੇ ਉਹ ਬਾਈ ਦੀ ਗਾਇਕੀ ਹੋਵੇ ਮੈਂ ਬਾਈ ਦਾ ਗਾਣਾ ਸੁਣਾ ਦਿੰਦਾ ਸਭ ਕਹਿੰਦੇ ਨੇ ਉਹ ਬਦਲ ਗਏ ਉਹ ਬੇਵਫਾ ਨੇ ਸੁਣ ਤੀਰ ਕਲੇ ਜਿਉਂ ਨਿਕਲ ਗਏ ਕਿ ਉਹ ਬੇਵਫਾ ਨੇ ਇਹ ਤਾਂ ਹੋ ਨਹੀਂ ਸਕਦਾ ਉਹਨੂੰ ਮੇਰੀ ਨਾ ਪਰਵਾਹ ਹੋਵੇ ਯਾਰ ਰੱਬਾ ਸਾਡੀ ਜਾਨ ਨਿਕਲ ਜਾਏ ਜਾਂ ਫਿਰ ਅਫਵਾਹ ਹੋਵੇ ਯਾਰ ਰੱਬਾ ਸਾਡੀ ਜਾਨ ਨਿਕਲ ਜਾਏ ਜਾਂ ਫਿਰ ਅਫਵਾਹ ਹੋਵੇ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਮਿਹਰਬਾਨੀ ਮੈਨੂੰ ਨਾ ਇੱਕ ਚੀਜ਼ ਜਾਣਨ ਦੀ ਬਹੁਤ ਜ਼ਿਆਦਾ ਕਿਉਰਿਓਸਿਟੀ ਹੈ ਕਿ ਉਸ ਵੇਲੇ ਦੇ ਜਸਪ੍ਰੀਤ ਸਿੰਘ ਅਤੇ ਅੱਜ 'ਚ ਅੱਜ ਦੇ ਜਸ ਬਾਜਵਾ 'ਚ ਮੇਜਰ ਡਿਫਰੈਂਸਿਸ ਕੀ ਨੇ ਆਹ ਬਸ ਡਿਫਰੈਂਸ ਆਹੀ ਨੇ ਥੋੜ੍ਹੇ ਜਿਹੇ ਕੱਪੜੇ ਲੀੜੇ ਬਦਲ ਗਏ ਬਟ ਜਿਹੜਾ ਵਿੱਚ ਵਾਲਾ ਜਸਪ੍ਰੀਤ ਸਿੰਘ ਆ ਉਹ ਅੱਜ ਵੀ ਉਹੀ ਹੈ ਅਤੇ ਮੈਨੂੰ ਲੱਗਦਾ ਵੀ ਪਰਮਾਤਮਾ ਉਹਨੂੰ ਲਾਸਟ ਸਾਹ ਤੱਕ ਉੱਦਾਂ ਦਾ ਹੀ ਰੱਖੂਗਾ ਫਰਕ ਕੋਈ ਜ਼ਿਆਦਾ ਨਹੀਂ ਪਿਆ ਮੇਰਾ ਜਿਹੜਾ ਬੋਲਬਾਣੀ ਆ ਜਾਂ ਸੁਭਾਅ ਹੈ ਨੇਚਰ ਹੈ ਉਹ ਅੱਜ ਵੀ ਉਹੀ ਹੈ ਮੇਰਾ ਤਰੀਕਾ ਵੀ ਅੱਜ ਵੀ ਉਹੀ ਹੈ ਬਸ ਇੱਕ ਜਿਹੜਾ ਮੇਜਰ ਫਰਕ ਪੈ ਗਿਆ ਵੀ ਉਦੋਂ ਮੈਂ ਪੂਰਾ ਆਪਦੀ ਹੈਲਥ ਨੂੰ ਲੈ ਕੇ ਬੜਾ ਅਪ ਟੂ ਡੇਟ ਹੁੰਦਾ ਸੀ ਵੀ ਸਾਵਧਾਨ ਪੋਜੀਸ਼ਨ 'ਚ ਮਾਮਾ ਜੀ ਜਿਵੇਂ ਸਵੇਰੇ ਅਸੀਂ 7 ਵਜੇ ਉੱਠ ਜਾਂਦੇ ਸੀ ਹੁਣ ਜਿਹੜਾ ਉੱਠਣ ਵਾਲਾ ਟਾਈਮਿੰਗ ਆ ਉਹ ਬਹੁਤ ਗਲਤ ਹੋ ਗਿਆ ਕਦੇ 11 ਵੱਜ ਜਾਂਦੇ ਆ ਕਦੇ 12 ਵੱਜ ਜਾਂਦੇ ਆ ਅਤੇ ਉੱਠ ਕੇ ਸਭ ਤੋਂ ਪਹਿਲਾਂ ਇਹ ਫੀਲ ਹੁੰਦਾ ਵੀ ਯਾਰ ਕੱਲ੍ਹ ਤੋਂ ਨਾ 7 ਵਜੇ ਉੱਠਣਾ ਹੀ ਉੱਠਣਾ ਹੈ ਸੋ ਇਹ ਬੇਸਿਕਲੀ ਥੋੜ੍ਹੇ ਬਹੁਤੇ ਫਰਕ ਆਇਆ ਹੋਰ ਕੁਛ ਨਹੀਂ ਹੈ ਸੁਭਾਅ ਹੈ ਜਿਹੜਾ ਉਹ ਬੰਦੇ ਦਾ ਉਵੇਂ ਸੇਮ ਹੀ ਰਹਿੰਦਾ ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਡੇ ਵਿਆਹ ਦੀਆਂ ਹੈਪੀ ਮੈਰਿਡ ਲਾਈਫ ਤੁਸੀਂ ਮੈਨੂੰ ਐਂ ਦੱਸੋ ਤੁਸੀਂ ਆਲਵੇਜ਼ ਹੀ ਇੰਨੇ ਖੁਸ਼ ਰਹਿੰਦੇ ਹੋ ਮੈਂ ਖੁਸ਼ ਹੀ ਰਹਿੰਦੀ ਹਾਂ ਜ਼ਿਆਦਾਤਰ ਬਹੁਤ ਬਹੁਤ ਚੰਗੀ ਗੱਲ ਹੈ ਇਹ ਚੀਜ਼ ਲੋਕਾਂ 'ਚੋਂ ਘੱਟ ਗਈ ਅੱਜ ਕੱਲ੍ਹ ਬਹੁਤ ਚੰਗੀ ਗੱਲ ਹੈ ਅਤੇ ਵਿਆਹ ਲਈ ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਮੁਬਾਰਕਾਂ ਦਿੱਤੀਆਂ ਜੀ ਕਿਵੇਂ ਦੀ ਲਾਈਫ ਚੱਲ ਰਹੀ ਹੈ ਫਿਰ ਵਿਆਹ ਤੋਂ ਬਾਅਦ ਲਾਈਫ ਵਧੀਆ ਚੱਲਦੀ ਹੈ ਜੀ ਵਿਆਹ ਤੋਂ ਬਾਅਦ ਉਵੇਂ ਲੋਕਾਂ ਦੇ ਦਿਲ 'ਚ ਡਰ ਹੁੰਦਾ ਮੈਂ ਚਾਹੁੰਦਾ ਵੀ ਜਿਹੜੇ ਵੀ ਬੰਦੇ ਕੁਆਰੇ ਨੇ ਉਹ ਛੇਤੀ ਛੇਤੀ ਵਿਆਹ ਕਰਾ ਲੈਣ ਕੁਆਰਾ ਲੈਣ ਬਹੁਤ ਵਧੀਆ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੇ ਬਰਾਬਰ ਦੇ ਹੁਣ ਤੁਹਾਨੂੰ ਫਿਰ ਪਤਾ ਲੱਗੇ ਤੁਸੀਂ ਬੇਬੇ ਦੀ ਪਸੰਦ ਨਾਲ ਵਿਆਹ ਕਰਾਇਆ ਜਾਂ ਆਪਣੀ ਪਸੰਦ ਨੂੰ ਬੇਬੇ ਨਾਲ ਮਿਲਾਇਆ ਨਹੀਂ ਮੈਂ ਤਾਂ ਬੇਬੇ ਦੀ ਪਸੰਦ ਬੇਬੇ ਦੀ ਪਸੰਦ ਬੇਬੇ ਤਾਂ ਫਿਰ ਬਹੁਤ ਖੁਸ਼ ਹੋਣੀ ਹੈ ਬੇਬੇ ਬਹੁਤ ਖੁਸ਼ ਹੋਣੀ ਬੇਬੇ ਨੂੰ ਅੱਜ ਤੱਕ ਜ਼ਿੰਦਗੀ 'ਚ ਆਪਾਂ ਕਿਸੇ ਚੀਜ਼ ਤੋਂ ਜਵਾਬ ਉਹ ਮਤਲਬ ਬੇਬੇ ਦਾ ਹੁਣ ਇੱਕ ਹੀ ਸੁਪਨਾ ਸੀ ਵੀ ਤੂੰ ਵਿਆਹ ਕਦੋਂ ਕਰਾਏਗਾ ਪਿਛਲੇ ਕਿੰਨੇ ਸਾਲਾਂ ਦੀ ਵੀ ਤੂੰ ਵਿਆਹ ਕਦੋਂ ਕਰਾਏਗਾ ਵਿਆਹ ਕਦੋਂ ਕਰਾਏਗਾ ਕਦੋਂ ਹੋਊਗਾ ਤੇਰਾ ਵਿਆਹ ਸਾਰੇ ਮਾਂ ਪਿਓ ਦਾ ਹੁੰਦਾ ਹੀ ਹੈ ਫਿਰ ਮੈਂ ਉਹਨੂੰ ਲਾਸਟ 'ਚ ਕਹਿ ਹੀ ਦਿੱਤਾ ਸੀ ਵੀ ਜਿਵੇਂ ਤੈਨੂੰ ਸਹੀ ਲੱਗਦਾ ਬੀਬੀ ਤੂੰ ਉਵੇਂ ਹੀ ਕਰਦੇ ਅਤੇ ਉਹਨੇ ਫਿਰ ਕਰਤਾ ਜੀ ਅਤੇ ਹੁਣ ਮੈਂ ਤੁਹਾਡੀ ਮੈਰਿਡ ਲਾਈਫ ਬਾਰੇ ਕੁਛ ਸਵਾਲ ਨਾ ਪੁੱਛਾਂ ਇੱਦਾਂ ਕਿਵੇਂ ਹੋ ਸਕਦਾ ਹੈ ਹੈ ਨਾ ਪੁੱਛੋ ਪੁੱਛੋ ਸੋ ਉਹਨਾਂ ਦੀ ਕਿਹੜੀਆਂ ਐਸੀਆਂ ਖੂਬੀਆਂ ਨੇ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਨੇ ਤੁਹਾਡੀ ਵਾਈਫ ਦੀਆਂ ਵਾਈਫ ਦੀਆਂ ਖੂਬੀਆਂ ਤਕਰੀਬਨ ਤੁਸੀਂ ਇਹ ਲਾ ਲਓ ਵੀ ਵੱਡੀ ਗੱਲ ਇਹ ਹੈ ਜਿਵੇਂ ਮੈਂ ਵਾਰ ਵਾਰ ਜ਼ਿਕਰ ਕੀਤਾ ਉਹ ਵੀ ਇੱਕ ਸਧਾਰਨ ਪੇਂਡੂ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਐਜੂਕੇਟਡ ਨੇ ਪੜ੍ਹੇ ਲਿਖੇ ਆ ਵਾਵਾ ਮੈਨੂੰ ਤਾਂ ਡਿਗਰੀਆਂ ਵੀ ਨਹੀਂ ਪਤਾ ਕਿਹੜੀਆਂ ਕਿਹੜੀਆਂ ਕੀਤੀਆਂ ਪਰ ਖਾਸੀਆਂ ਕੀਤੀਆਂ ਹੋਈਆਂ ਨੇ ਵੀ ਬਹੁਤ ਮੇਰੇ ਤੋਂ ਤਾਂ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਆ ਨੇਚਰ ਵਾਈਜ਼ ਬਹੁਤ ਜਿਵੇਂ ਵਧੀਆ ਨੇ ਜਿਵੇਂ ਮੇਰਾ ਸੁਭਾਅ ਹੈ ਥੋੜ੍ਹਾ ਜਿਹਾ ਦੇਸੀ ਹੈ ਉਹ ਚੀਜ਼ ਉਹਨਾਂ ਨੂੰ ਵੀ ਸਹੀ ਲੱਗਦਾ ਅਸੀਂ ਦੋ ਜਣੇ ਸੋ ਸਾਡਾ ਸੁਭਾਅ ਰਲਦਾ ਦੋਵਾਂ ਦਾ ਆਪਸ 'ਚ ਅਤੇ ਇੱਕ ਇਹ ਆ ਵੀ ਅੰਡਰਸਟੈਂਡਿੰਗ ਹੈ ਜਿਹੜੀ ਮੇਨ ਕਿਸੇ ਵੀ ਰਿਸ਼ਤੇ 'ਚ ਹੈ ਤੁਹਾਡੀ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ ਆਪਣੀ ਤਾਂ ਜਿਹੜੀ ਲਾਈਨ ਹੈ ਉਹ ਇਹ ਜੇ ਅੱਜ ਹੁਣ ਘਰੋਂ ਨਿਕਲੇ ਹਾਂ ਤਾਂ ਇਹ ਨਹੀਂ ਪਤਾ ਦੂਜੇ ਦਿਨ ਆਉਣਾ ਜਾਂ ਤੀਜੇ ਦਿਨ ਆਉਣਾ ਜਾਂ ਰਾਤ ਨੂੰ 2 ਵੱਜ ਜਾਣੇ ਨੇ
ਸੋ ਥੋੜਾ ਜਿਹਾ ਇਹ ਮੈਂ ਚੀਜ਼ਾਂ ਪਹਿਲਾਂ ਹੀ ਕਲੀਅਰ ਕਰਤੀਆਂ ਸੀ ਵੀ ਇਹ ਫੀਲਡ ਹੀ ਇਦਾਂ ਦਾ ਨਾ ਸੋ ਉਹ ਚੀਜ਼ਾਂ ਉਹ ਅੰਡਰਸਟੈਂਡ ਕਰਦੇ ਆ ਸੋ ਬਸ ਇਹੀ ਇਹੀ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਚੀਜ਼ ਹੁੰਦੀ ਹੈ ਸੋ ਜਦ ਤੁਸੀਂ ਦੱਸਿਆ ਕਿ ਮੇਰੀ ਅਰੇਂਜ ਮੈਰਿਜ ਹੈ ਸੋ ਜਦ ਤੁਸੀਂ ਪਹਿਲੀ ਵਾਰ ਉਹਨਾਂ ਨੂੰ ਮਿਲਣ ਗਏ ਸੋ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਣਾ ਪਿਆ ਕਿ ਮੈਂ ਜਸ ਬਾਜਵਾ ਜਾਂ ਉਹਨਾਂ ਨੂੰ ਪਤਾ ਸੀ ਨਹੀਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਨੂੰ ਇੰਟਰੋਡਿਊਸ ਕਰਾਉਣਾ ਪਿਆ ਜੀ ਅੱਛਾ ਤੇ ਉਸ ਤੋਂ ਬਾਅਦ 'ਚ ਫਿਰ ਫੈਮਿਲੀ ਇਕੱਠੇ ਹੋਏ ਉਸ ਤੋਂ ਬਾਅਦ 'ਚ ਇੱਕ ਜਿਵੇਂ ਸਾਂਝਾ ਜਿਹਾ ਥਾਂ ਰੱਖ ਲਈ ਦੀ ਹੁੰਦੀ ਹੈ ਅਤੇ ਉੱਥੇ ਮਿਲੇ ਤਾਂ ਬਸ ਚਲੋ ਉਹਨਾਂ ਨੂੰ ਤਾਂ ਐਂ ਤਾਂ ਪਤਾ ਹੀ ਸੀ ਉਹਨਾਂ ਨੂੰ ਵੀ ਇਹ ਜਸ ਬਾਜਵਾ ਅਤੇ ਆਲਰੇਡੀ ਉਹਨਾਂ ਨੂੰ ਪਤਾ ਸੀ ਪਹਿਲਾਂ ਮੈਂ ਤਾਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਵੀ ਮੈਨੂੰ ਇਹ ਮੈਟਰ 'ਚ ਸੰਗ ਬਹੁਤ ਲੱਗਦੀ ਹੈ ਜੋ ਜ਼ਿਆਦੇ ਰਸਮਾਂ ਕੀਤੀਆਂ ਉਹ ਘਰਦਿਆਂ ਨੇ ਕੀਤਾ ਜੀ ਕਿੰਨੇ ਖੁਸ਼ ਲੱਗ ਰਹੇ ਹੋ ਤੁਸੀਂ ਹਾਂ ਜੀ ਚਲੋ ਸਹੀ ਆ ਪਹਿਲੀ ਵਾਰ ਕਿੱਥੇ ਮਿਲੇ ਸੀ ਪਹਿਲੀ ਵਾਰੀ ਉੱਥੇ ਹੋਟਲ 'ਚ ਮਿਲੇ ਸੀ ਜਦੋਂ ਮਿਲੇ ਸੀਗੇ ਜੀ ਘਰਦਿਆਂ ਨਾਲ ਉਸ ਤੋਂ ਬਾਅਦ 'ਚ ਫਿਰ ਵਿਆਹ 'ਤੇ ਮਿਲੇ ਜੀ ਅੱਛਾ ਸਿੱਧਾ ਤੇ ਪਹਿਲੀ ਵਾਰ ਨਹੀਂ ਉਸ ਤੋਂ ਬਾਅਦ 'ਚ ਵੀ ਦੋ ਤਿੰਨ ਕੁ ਵਾਰੀ ਉਸ ਤੋਂ ਬਾਅਦ 'ਚ ਵੀ ਅੱਛਾ ਫੈਮਿਲੀ ਨਾਲ ਜਦੋਂ ਆਪਣਾ ਆਹ ਵਿਆਹ ਦਾ ਕੱਪੜੇ ਕੁੱਪੜੇ ਲੈਣੇ ਹੁੰਦੇ ਆ ਉਦੋਂ ਮਿਲੇ ਫਿਰ ਉਸ ਤੋਂ ਬਾਅਦ 'ਚ ਵਿਆਹ 'ਤੇ ਤੇ ਤੁਸੀਂ ਦੱਸਿਆ ਕਿ ਮੈਂ ਇੰਨਾ ਸ਼ਰਮਾਨਾ ਆ ਤੇ ਪਹਿਲੀ ਵਾਰੀ ਫਿਰ ਕੀ ਗੱਲਾਂ ਕੀਤੀਆਂ ਸੀ ਗੱਲਾਂ ਨਹੀਂ ਕੁਛ ਜ਼ਿਆਦਾ ਸਾਡੇ 'ਚ ਹੋਈਆਂ ਬਸ ਐਂ ਵੀ ਤੁਹਾਨੂੰ ਠੀਕ ਹੈ ਜੀ ਉਹ ਕਹਿੰਦੇ ਹਾਂਜੀ ਠੀਕ ਹੈ ਜੀ ਅਤੇ ਮੈਂ ਕਿਹਾ ਵੀ ਚਲੋ ਠੀਕ ਹੈ ਉਹ ਵੀ ਮੈਨੂੰ ਲੱਗਦਾ ਉਹ ਵੀ ਮੇਰੇ ਤੋਂ ਸ਼ਰਮਾਈ ਗਏ ਮੈਂ ਵੀ ਸ਼ਰਮਾਈ ਗਏ ਜ਼ਿਆਦਾ ਕੁਛ ਗੱਲਬਾਤ ਹੋਈ ਨਹੀਂ ਫਿਰ ਮੈਨੂੰ ਐਂ ਲੱਗਿਆ ਘਰਦੇ ਕਹਿੰਦੇ ਵੀ ਤੁਸੀਂ ਗੱਲਾਂ ਕਰ ਲਓ ਆਪਸ 'ਚ ਜਾ ਵੜੋ ਇੱਧਰਲੇ ਪਰਲੇ ਪਾਸੇ ਨੂੰ ਫਿਰ ਮੇਰੇ ਦਿਮਾਗ 'ਚ ਐਂ ਸੀ ਵੀ ਘਰਦੇ ਸੋਚਣਗੇ ਇੰਨਾ ਟਾਈਮ ਹੋ ਗਿਆ ਵੀ ਹੈ ਨਾ ਇੱਕ ਅੱਧੀ ਗੱਲ ਕਰ ਗਈ ਆਪਾਂ ਜਲਦੀ ਜਲਦੀ ਵਾਪਸ ਆ ਗਏ ਬਸ ਇੰਨਾ ਕਿ ਜਸਟ ਨੋਰਮਲ ਹੈਲੋ ਹਾਈ ਹੋਈ ਅੱਛਾ ਠੀਕ ਆ ਸੋ ਆਫਟਰ ਮੈਰਿਜ ਕਿੰਨੀ ਕੁ ਜ਼ਿਆਦਾ ਰਿਸਪੋਂਸਿਬਿਲਿਟੀ ਵੱਧ ਜਾਂਦੀ ਹੈ ਜਿਵੇਂ ਫਰਕ ਤਾਂ ਪੈ ਜਾਂਦਾ ਜੀ ਥੋੜ੍ਹਾ ਜਿਹਾ ਰਿਸਪੋਂਸੀਬਿਲਿਟੀ ਆਪ ਨੂੰ ਹੋ ਜਾਂਦਾ ਵੀ ਚਲੋ ਇੱਕ ਤੁਹਾਡੀ ਲਾਈਫ ਪਾਰਟਨਰ ਹੈ ਇੱਕ ਜ਼ਿੰਮੇਵਾਰੀ ਹੈ ਨਾ ਇੱਕ ਇਹ ਆ ਵੀ ਇੱਥੇ ਕਈ ਵਾਰੀ ਹੁਣ ਜਿਵੇਂ ਥੋੜ੍ਹਾ ਠੰਡ ਦਾ ਮੌਸਮ ਹੈ ਅਸੀਂ ਦੋ ਹੀ ਜਣੇ ਰਹਿੰਦੇ ਹਾਂ ਇੱਥੇ ਚੰਡੀਗੜ੍ਹ ਟਾਈਮ ਦੀ ਲਿਮਿਟ ਹੈ ਜਿਹੜੀ ਉਹ ਹੁਣ ਜਿਵੇਂ ਕਈ ਵਾਰੀ ਐਂ ਹੁੰਦਾ ਸੀ ਪਹਿਲਾਂ ਐਂ ਹੁੰਦਾ ਸੀ ਕਿਤੇ ਬੈਠੇ ਹਾਂ ਕਿਸੇ ਦੋਸਤ ਕੋਲ ਬੈਠੇ ਹਾਂ ਤਾਂ ਸਵੇਰ ਦੇ 4 ਵੀ ਵੱਜ ਜਾਂਦੇ ਸੀ ਸਵੇਰ ਦੇ 5 ਵੀ ਵੱਜ ਜਾਂਦੇ ਸੀ ਹੁਣ ਉਹੀ 9-10 ਵਜੇ ਵਾਪਸ ਆਉਣਾ ਪੈਂਦਾ ਚੰਗੀ ਗੱਲ ਸੋ ਮੈਂ ਨਾ ਇੱਕ ਚੀਜ਼ ਬਹੁਤ ਨੋਟਿਸ ਕੀਤੀ ਹੈ ਕਿ ਬਾਲੀਵੁੱਡ 'ਚ ਪੰਜਾਬੀ ਆਰਟਿਸਟ ਨੂੰ ਬਹੁਤ ਡਰ ਹੁੰਦਾ ਕਿ ਆਪਾਂ ਆਪਣੇ ਮੈਰਿਜ ਲਾਈਫ ਬਾਰੇ ਰਿਵੀਲ ਨਹੀਂ ਕਰਨਾ ਇੱਦਾਂ ਕਿਉਂ ਪਤਾ ਨਹੀਂ ਇਹ ਚੀਜ਼ ਮੈਨੂੰ ਵੀ ਨਹੀਂ ਸਮਝ ਲੱਗੀ ਹਾਂ ਦੇਖੋ ਮੈਨੂੰ ਵੀ ਇਹ ਲੱਗਦਾ ਵੀ ਤੁਹਾਡੀ ਜਿਹੜੀ ਇੱਕ ਪਰਸਨਲ ਲਾਈਫ ਹੈ ਜਿਵੇਂ ਮੰਨ ਲਓ ਮੈਂ ਵਿਆਹ ਕਰਵਾ ਲਿਆ ਸਭ ਦੇ ਸਾਹਮਣੇ ਓਪਨਲੀ ਕਰਵਾਇਆ ਨਾ ਕੋਈ ਉਹ 'ਚ ਉਹ ਨਹੀਂ ਹੈਗਾ ਬਟ ਉਹਦੇ ਨਾਲ ਇਹ ਹੁੰਦਾ ਵੀ ਜਿਹੜੇ ਜਿਹੜੇ ਮੈਂ ਤਾਂ ਆਰਟਿਸਟ ਹੈਗਾ ਹੀ ਹਾਂ ਇੱਕ ਪਬਲਿਕ ਪਿਆਰ ਦਿੰਦੀ ਹੈ ਜਿਹੜੀ ਤੁਹਾਡੀ ਲਾਈਫ ਪਾਰਟਨਰ ਹੈ ਜਦੋਂ ਉਹਦੀ ਇੱਕ ਆਇਡੈਂਟੀ ਬਣ ਜਾਂਦੀ ਹੈ ਇੱਕ ਜਾਂ ਤਾਂ ਉਹਨੇ ਉਸ ਫੀਲਡ 'ਚ ਜਾਣਾ ਹੋਵੇ ਤਾਂ ਵੀ ਹੈ ਨੋਰਮਲ ਲਾਈਫ ਉਹਦੀ ਔਖੀ ਹੋ ਜਾਂਦੀ ਹੈ ਮਤਲਬ ਉਹ ਵਿਚਾਰਾ ਜੇ ਕਿਤੇ ਉਹਨਾਂ ਨੇ ਇਕੱਲਿਆਂ ਨੇ ਵੀ ਜਾਣਾ ਹੈ ਸਾਡੇ ਨਾਲ ਤਾਂ ਚਲੋ ਭਰਾ ਹੁੰਦੇ ਆ ਇਕੱਲੇ ਨਹੀਂ ਹੁੰਦੇ ਨਾ ਕਿਤੇ ਹੁੰਦੇ ਆ 2-4 ਜਣੇ ਹੁਣ ਜਦੋਂ ਉਹਨਾਂ ਨੇ ਜਾਣਾ ਤਾਂ ਲੋਕ ਕਈ ਵਾਰੀ ਨਹੀਂ ਚੰਗਾ ਲੱਗਦਾ ਵੀ ਜੀ ਤੁਸੀਂ ਇੱਦਾਂ ਜੀ ਉਹਨਾਂ ਨਾਲ ਐਂ ਹੁੰਦਾ ਵੀ ਅੱਜ ਕੱਲ੍ਹ ਲੋਕ ਇਹ ਹੁੰਦਾ ਵੀ ਫੋਟੋਆਂ ਉਹਨਾਂ ਨਾਲ ਵੀ ਖਿਚਾਉਣ ਲੱਗ ਜਾਂਦੇ ਆ ਸੋ ਇਹ ਚੱਕਰ ਹੁੰਦਾ ਵੀ ਥੋੜ੍ਹੀ ਜਿਹੀ ਉਹ ਪ੍ਰਾਈਵੇਸੀ ਮਰ ਜਾਂਦੀ ਹੈ ਮੈਨੂੰ ਲੱਗਦਾ ਪ੍ਰਾਈਵੇਸੀ ਹੁਣ ਫੈਮਿਲੀ ਦਾ ਐਂਡ ਆਫ ਦਾ ਡੇ ਫੈਮਿਲੀ ਹੈ ਨਾ ਜੀ ਉਹ ਹਰ ਇੱਕ ਚੀਜ਼ ਹੈ ਜਿਹੜੀ ਉਹ ਪਬਲਿਕ ਲਈ ਨਹੀਂ ਹੈਗੀ ਤੁਸੀਂ ਉਹ ਆਰਟਿਸਟ ਨੂੰ ਇੱਕ ਸਾਡੀ ਉਹ ਅਲੱਗ ਬੌਂਡਿੰਗ ਹੈ ਪਰ ਜਿਹੜੀ ਤੁਹਾਡੀ ਫੈਮਿਲੀ ਹੈ ਉਹ ਤੁਹਾਡੀ ਲਾਈਫ ਦਾ ਇੱਕ ਪ੍ਰਾਈਵੇਟ ਪਾਰਟ ਹੈ ਸੋ ਉਹਨੂੰ ਉੱਦਾਂ ਹੀ ਰਹਿਣਾ ਚਾਹੀਦਾ ਸੋ ਵਿਆਹ ਕਰਵਾਓ ਪਬਲਿਕ 'ਚ ਜਾ ਕੇ ਕੋਈ ਇੱਦਾਂ ਨਹੀਂ ਹੈਗਾ ਵੀ ਵਿਆਹ ਤਾਂ ਸਭ ਦੇ ਹੀ ਹੁੰਦੇ ਆ ਨਾ ਸਭ ਨੂੰ ਪਤਾ ਵੀ ਸਾਰੇ ਵਿਆਹੇ ਹੋਏ ਆ ਬਟ ਮੈਨੂੰ ਲੱਗਦਾ ਜ਼ਿਆਦਾ ਆਰਟਿਸਟਾਂ ਦਾ ਮੇਨ ਰੀਜ਼ਨ ਇਹੀ ਹੁੰਦਾ ਵੀ ਪਬਲਿਕ 'ਚ ਨਾ ਉਹਨਾਂ ਦੀ ਫੈਮਿਲੀ ਆਵੇ ਉਹ ਮੇਰਾ ਵੀ ਹੈਗਾ ਵੀ ਨਹੀਂ ਯਾਰ ਉਹਨਾਂ ਦੀ ਇੱਕ ਲਾਈਫ ਹੈ ਉਹਨਾਂ ਨੂੰ ਆਪਦਾ ਜਿਉਣ ਦਿਉ ਇੰਜੋਏ ਕਰਨ ਦਿਉ ਕਿਤੇ ਵੀ ਜਾਣ ਦਿਉ ਕਿਤੇ ਵੀ ਆਉਣ ਦਿਉ ਸਾਡਾ ਤਾਂ ਚਲੋ ਇਹ ਹੋ ਜਾਂਦਾ ਵੀ ਨਾਲ ਤਾਮਾ ਝਾਮਾ ਲੈ ਕੇ ਚੱਲਣਾ ਪੈਂਦਾ ਇਹ ਵੀ ਨਹੀਂ ਹੈਗਾ ਵੀ ਇੱਕ ਡਰ ਹੁੰਦਾ ਲੋਕ ਪਿਆਰ ਕਰਦੇ ਆ ਨਾ ਇਹ ਵੀ ਕਰਮਾਂ ਨਾਲ ਹੀ ਇਹ ਦਿਨ ਆਉਂਦੇ ਆ ਜਦੋਂ ਆਰਟਿਸਟ ਨਹੀਂ ਹੁੰਦਾ ਤੜਫਦਾ ਬੰਦਾ ਯਾਰ ਮੈਨੂੰ ਲੋਕ ਮਿਲਣ ਫੋਟੋਆਂ ਕਰਾਉਣ ਮੇਰੇ ਨਾਲ ਆਪਾਂ ਜਵਾਬ ਨਹੀਂ ਹੁੰਦਾ ਕਿਸੇ ਨੂੰ ਵੀ ਸਾਰਿਆਂ ਨੂੰ ਜਿੰਨਿਆਂ ਕੁ ਨੂੰ ਮਿਲਿਆ ਜਾਂਦਾ ਉਨਿਆਂ ਕੁ ਨੂੰ ਮਿਲਦੇ ਆ ਜਿਹੜੇ ਲੋਕ ਮੈਨੂੰ ਜਾਣਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਹੈ ਪਰ ਐਜ਼ ਅਨ ਆਰਟਿਸਟ ਇਹ ਹੁੰਦਾ ਵੀ ਥੋੜ੍ਹੀ ਪ੍ਰਾਈਵੇਸੀ ਲਾਈਫ ਜਿਵੇਂ ਤੁਹਾਡੇ ਘਰਦੇ ਆ ਉਹਨਾਂ ਨੂੰ ਪ੍ਰਾਈਵੇਸੀ ਹੀ ਚਾਹੀਦੀ ਹੈ ਤਾਂ ਕਰਕੇ ਮੈਨੂੰ ਲੱਗਦਾ ਵੀ ਆਰਟਿਸਟ ਨੇ ਜਿਹੜੇ ਉਹ ਚੁੱਪ ਚਪੀਤੇ ਵਿਆਹ ਕਰਾ ਲੈਂਦੇ ਚਲੋ ਇਹ ਤਾਂ ਹੋ ਗਈ ਤੁਹਾਡੀ ਪਰਸਨਲ ਲਾਈਫ ਦੀ ਗੱਲ ਹੈ ਨਾ ਅਤੇ ਜੇ ਆਪਾਂ ਗਾਣਿਆਂ ਦੀ ਗੱਲ ਕਰੀਏ ਤਾਂ ਸੱਚੀ ਸੱਚੀ ਦੱਸਿਓ ਕਿ ਜਿਹੜਾ ਸਕੂਨ ਹੈ ਉਹ ਪਹਿਲਾਂ ਵਾਲੀ ਜ਼ਿੰਦਗੀ 'ਚ ਸੀ ਜਾਂ ਹੁਣ ਵਾਲੀ ਜ਼ਿੰਦਗੀ 'ਚ ਹੈ ਮਤਲਬ ਸੱਚ ਦੱਸਾਂ ਵੀ ਪਹਿਲਾਂ ਵਾਲੀ ਜਿਹੜੀ ਜ਼ਿੰਦਗੀ ਸੀ ਉਹ 'ਚ ਇੱਕ ਸਟਰਗਲ ਵੀ ਸੀਗਾ ਅਤੇ ਇੱਕ ਸੁਪਨੇ ਵੀ ਸੀ ਨੀਂਦ ਵੀ ਨਹੀਂ ਆਉਂਦੀ ਸੀ ਕਈ ਵਾਰੀ ਕਿਉਂਕਿ ਕਰਨਾ ਹੀ ਕਰਨਾ
मैं भी मतलब किसी तो मैं अज तक जिंदगी कुछ भी नहीं लिया, जो भी इनवैसटमेंट भी मैं आर्टिस्ट बनते की है आपके पैरों पर की है, घरद्या तो कोई पैसा नहीं लिया। सो उदों थोड़ी जी एक उम्र इदा दी सी, छोटी सी, एक जिम्मेवारी सी, सुकून है जिहड़ा उह मेरे अकॉर्डिंग जे मैं कहाँ भी जिहड़ी उह पिंडां वाली लाइफ है उह उदों सी, बट जे कह बंदा कह दिंदे वी सैट हो गया अपनी जिंदगी च उह होणा है। उह आपदी थां ते वधिया सी, इह आपदी थां ते वधिया है। सुकून पिंडां दा माहौल तां इह इस लाइफ च ज़्यादा है क्योंकि पिंडां दा माहौल तां असीं अज वी क्रिएट कर लैंदे हां, पिंडां 'च ही जांदे हां, चाहे शूट होण, चाहे अपना पिंड होवे, चाहे कुछ भी होवे, इह लाइफ है, इह इक सुपना सी उदों। सो ये अज महाराज ने सुपना पूरा किया, मेहनत की है। सो इस लाइफ च भी बहुत शुक्र है गुरु महाराज का, तो इस भी बहुत सुकून है जरा ये ज्यादा। ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਲੋਕਾਂ ਨੇ ਆਫਕੋਰਸ ਤੁਹਾਨੂੰ ਸਪੋਰਟ ਕੀਤਾ ਹੋਵੇਗਾ, ਕੀਤਾ ਹੈ, ਹੈ ਨਾ, ਬਟ ਇੱਕ ਨਾਂ ਜੇ ਮੈਂ ਲਵਾਂ ਗੁਪ ਸਹਿਰਾ ਜੀ, ਉਹਨਾਂ ਦਾ ਕੀ ਰੋਲ ਰਿਹਾ ਹੈ ਤੁਹਾਡੇ ਕਰੀਅਰ ਦੇ ਵਿੱਚ? ਉਹਨਾਂ ਦਾ ਬਹੁਤ ਵੱਡਾ, ਗੁਪਸ ਆਲਵੇਜ਼ ਮੇਰਾ ਭਰਾ ਹੈ ਜੀ, ਗੁਪਸ ਨਾਲ ਹੀ ਮੈਂ ਪਹਿਲੀ ਐਲਬਮ ਕੀਤੀ ਸੀ, ਅਤੇ ਸਾਡਾ ਥੋੜ੍ਹਾ ਜਿਹਾ ਜਦੋਂ ਕੋਈ ਵੀ ਆਰਟਿਸਟ ਇੰਡਸਟਰੀ 'ਚ ਨਵਾਂ ਆਉਂਦਾ ਉਹਨੂੰ ਇੰਡਸਟਰੀ ਦੇ ਰੂਲ ਰੈਗੂਲੇਸ਼ਨਸ ਨਹੀਂ ਪਤਾ ਹੁੰਦੇ, ਉਹ ਵਿਚਾਰਾ ਕਿਤੇ ਫਸ ਜਾਂਦਾ। ਜਦੋਂ ਮੈਂ ਆਇਆ ਤਾਂ ਮੈਂ ਵੀ ਅੜ ਗਿਆ, ਕਿਸੇ ਨੇ ਮੈਨੂੰ ਉਲਝਾ ਲਿਆ ਸੀ ਇੰਡਸਟਰੀ ਦੇ ਨੇ, ਚਲੋ ਉਹ ਪਾਸਟ ਸੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਵੱਡੇ ਵੱਡੇ ਨਾਂ ਸੀ। ਉਦੋਂ ਇੱਕ ਬੰਦੇ 'ਤੇ ਸਮਾਂ ਇਹੋ ਜਿਹਾ ਹੁੰਦਾ, ਇੱਕ 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 ਪੰਛੀ ਇੱਕ ਉਡਾਨ ਭਰਦਾ ਹੈ, ਅਸਮਾਨ ਉਹਦਾ ਉਹਦਾ ਇੱਕ ਦਾਇਰਾ ਹੁੰਦਾ ਵੀ ਮੈਂ ਕਿੱਡੀ ਵੱਡੀ ਉਡਾਨ ਮਾਰਨੀ ਹੈ, ਉੱਡਣਾ ਉਡਾਰੀ ਮੇਰੀ ਕਿੱਡੀ ਵੱਡੀ, ਉੱਤੇ ਕੋਈ ਬੰਦਾ ਸਡਨਲੀ ਆ ਕੇ ਉਹਦੇ ਖੰਭ ਫੜ ਲੈਂਦਾ, ਹਾਲੇ ਉਹਦੀ ਉਡਾਰੀ ਸ਼ੁਰੂ ਹੀ ਹੋਈ ਹੁੰਦੀ ਹੈ। ਤਾਂ ਉਦੋਂ ਜਦੋਂ ਉਸ ਵਕਤ ਮੇਰੇ ਖੰਭ ਫੜੇ ਗਏ ਤਾਂ ਉਦੋਂ ਉਹ ਗੁਪਸ ਸੀ ਜਿਹਨੇ ਮੇਰਾ ਸਾਥ ਦਿੱਤਾ ਇੰਡਸਟਰੀ 'ਚੋਂ, ਕਿਉਂਕਿ ਮੇਰੇ ਕੋਲ ਕੁਛ ਨਹੀਂ ਸੀਗਾ, ਜਿੰਨੇ ਪੈਸੇ ਸੀ ਇਨਵੈਸਟਮੈਂਟ ਸੀ ਸਾਰੀ ਮੈਂ ਆਪਦੀ ਪਹਿਲੀ ਟੇਪ 'ਤੇ ਲਾਤੀ, ਦੂਜੀ ਵਾਰੀ ਮੇਰਾ ਡਿਸਪਿਊਟ ਪੈ ਗਿਆ ਦੂਜੀ ਐਲਬਮ ਦੇ ਵਾਰ ਨੂੰ, ਫਿਰ ਉਹ ਗੁਪਸ ਸੀ, ਚਲੋ ਮੈਂ ਉਹਨੂੰ ਪੇ ਕੀਤਾ, ਪਰ ਮੈਂ ਉਹਨੂੰ ਕਿਹਾ ਸੀ ਵੀ ਤੂੰ ਮੇਰੀ ਐਲਬਮ ਬਣਾ ਕੇ ਦੇ ਦੇ, ਮੈਂ ਤੈਨੂੰ ਹੌਲੀ ਹੌਲੀ ਸ਼ੋਅ ਲਾ ਕੇ ਜਿਹੜੇ ਪੈਸੇ ਨੇ ਉਹ ਤੈਨੂੰ ਦਿੰਦਾ ਰਹੂੰਗਾ। ਸੋ ਉਸ ਗੱਲ ਲਈ ਮੈਂ ਉਹਦਾ ਅੱਜ ਵੀ ਧੰਨਵਾਦ ਹਾਂ, ਤਾਂ ਮੈਂ ਹਰੇਕ ਵਾਰੀ ਇਸ ਗੱਲ ਦਾ ਜ਼ਿਕਰ ਕਰਦਾ ਹੁੰਦਾ, ਉਸ ਵੇਲੇ ਉਹ ਮੇਰੇ ਨਾਲ ਖੜ੍ਹਾ, ਅਤੇ ਤਾਂ ਅੱਜ ਇੱਥੇ ਹਾਂ, ਕਿਉਂਕਿ ਚਲੋ ਜੋ ਵੀ ਮਹਾਰਾਜ ਨੇ ਤਰੱਕੀ ਬਖਸ਼ੀ ਹੈ ਉਹ ਬਹੁਤ ਹੈ, ਜੇ ਉਦੋਂ ਉਹ ਨਾ ਖੜ੍ਹਦਾ ਤਾਂ ਸ਼ਾਇਦ ਮੈਨੂੰ ਲੱਗਦਾ ਅੱਜ ਜਿਹੜਾ ਸਨੈਰੀਓ ਆ ਉਹ ਹੋਰ ਹੁੰਦਾ। ਸੋ ਉਹਦੇ ਉਹਦਾ ਵੀ ਗੁਪਸ ਦਾ ਵੀ ਧੰਨਵਾਦ ਕਰਦਾ ਜੀ ਮੈਂ, ਥੈਂਕ ਯੂ। ਲੋਕਾਂ ਨੂੰ ਨਾ ਬਹੁਤ ਗਲੈਮਰਸ ਲੱਗਦੀ ਹੈ ਇੱਕ ਆਰਟਿਸਟ ਦੀ ਲਾਈਫ ਔਨ ਸਕਰੀਨ, ਬਟ ਉਹਦੇ ਪਿੱਛੇ ਦਾ ਸਟਰਗਲ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ। ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਖਿੱਚ ਕੇ ਥੱਲੇ ਲੈ ਕੇ ਆਉਣ ਦੀ ਵੀ ਕੋਸ਼ਿਸ਼ ਕੀਤੀ, ਸਾਰਿਆਂ ਨਾਲ ਹੀ ਹੁੰਦਾ ਇੰਡਸਟਰੀ 'ਚ ਜਿਹੜਾ ਬੰਦਾ ਨਵਾਂ ਆਰਟਿਸਟ ਆਉਂਦਾ ਨਾ ਜੀ, ਜਦੋਂ ਮੈਂ ਆਇਆ ਮੇਰੇ ਨਾਲ ਵੀ ਹੋਇਆ, ਮੇਰੇ ਤੋਂ ਪਹਿਲਾਂ ਕੁਲਵੀਰ ਆਇਆ ਉਹਦੇ ਨਾਲ ਵੀ ਹੋਇਆ, ਜਿਹੜੇ ਹੁਣ ਨੇ ਉਹਨਾਂ ਨਾਲ ਵੀ ਹੁੰਦਾ, ਇਹ ਹੁੰਦਾ, ਇਹ ਲਾਈਨ ਹੀ ਇਹੋ ਜਿਹੀ ਆ, ਪਰ ਉਹ ਟਾਈਮ ਆਰਟਿਸਟ 'ਤੇ ਬਹੁਤ ਡਿਪੈਂਡ ਕਰਦਾ, ਜੇ ਉਹ ਆਪਦੇ ਆਪ ਨੂੰ ਉਸ ਟਾਈਮ 'ਚੋਂ ਕੱਢ ਜੇ ਉਹ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਖਾਂਦਾ, ਉਹ ਇੱਕ ਸਿੱਖਣ ਦਾ ਟਾਈਮ ਹੁੰਦਾ ਬਹੁਤ ਕੁਛ। ਸੋ ਜਿਹੜੇ ਬੰਦੇ ਤਾਂ ਡੋਲ ਗਏ ਉਹ ਵਿਚਾਰੇ ਰਹਿ ਜਾਂਦੇ ਆ, ਜਿਹੜਾ ਬੰਦਾ ਨਹੀਂ ਡੋਲਿਆ, ਜਿਹੜਾ ਸਿੱਖ ਗਿਆ ਉਹਨਾਂ ਰੁਕਾਵਟਾਂ ਤੋਂ, ਉਹਨਾਂ ਮੁਸ਼ਕਲਾਂ ਤੋਂ, ਉਹ ਫਿਰ ਜ਼ਿੰਦਗੀ 'ਚ ਮਹਾਰਾਜ ਉਹਨੂੰ ਬਹੁਤ ਅੱਗੇ ਲੈ ਕੇ ਜਾਂਦਾ, ਕਿਉਂਕਿ ਜਿਹੜੇ ਬੰਦੇ ਨੂੰ ਇੱਕ ਲਾਈਮ ਲਾਈਟ ਦੇਣੀ ਹੁੰਦੀ ਹੈ, ਇੱਕ ਰੁਤਬਾ ਦੇਣਾ ਹੁੰਦਾ, ਰੱਬ ਵੀ ਉਹਨੂੰ ਪਰਖਦਾ ਵੀ ਇਹ ਜੇ ਜ਼ਿੰਦਗੀ 'ਚ ਕਦੇ ਮੁਸੀਬਤ ਇਹਦੇ 'ਤੇ ਆ ਜਾਵੇ ਝੱਲਣ ਜੋਗਾ ਹੈਗਾ ਵੀ ਇੱਕ ਨਹੀਂ ਹੈਗਾ। ਸੋ ਮੈਨੂੰ ਲੱਗਦਾ ਉਹ ਪਰਖ ਦੀ ਪ੍ਰੀਖਿਆ ਦੀ ਘੜੀ ਹੁੰਦੀ ਹੈ ਜੀ। ਆਈ ਥਿੰਕ ਇੱਕ ਆਰਟਿਸਟ ਜਦ ਸਕਸੈਸਫੁਲ ਹੁੰਦਾ ਉਹਦੇ ਪਿੱਛੇ ਵੀ ਉਹਦੇ ਆਪਣੇ ਹੀ ਡਿਸੀਜਨਸ ਹੁੰਦੇ ਨੇ ਜੋ ਉਹਨੇ ਲਾਈਫ 'ਚ ਲਏ ਹੁੰਦੇ ਨੇ। ਜੇ ਉਹ ਸਕਸੈਸਫੁਲ ਨਹੀਂ ਹੋ ਪਾਉਂਦਾ ਉਹਦੇ ਪਿੱਛੇ ਵੀ ਉਹਦੇ ਆਪਣੇ ਹੀ ਡਿਸੀਜਨਸ ਹੁੰਦੇ ਨੇ। ਸੋ ਤੁਹਾਡੀ ਲਾਈਫ ਦਾ ਕੋਈ ਇਹੋ ਜਿਹਾ ਇਨਸਾਨ ਜਿਹਦੇ 'ਤੇ ਤੁਸੀਂ ਆਪਣੀ ਲਾਈਫ ਦੇ ਮੇਜਰ ਡਿਸੀਜਨ ਅਤੇ ਐਡਵਾਈਸ ਲੈਣ 'ਤੇ ਟਰੱਸਟ ਕਰਦੇ ਹੋ? ਉਹ ਜਿੰਮੀ ਹੈ ਜੀ, ਮੇਰਾ ਫਰੈਂਡ, ਅਸੀਂ ਸ਼ੁਰੂ ਤੋਂ ਮੈਂ ਤੁਹਾਨੂੰ ਦੱਸਿਆ ਨਾਲ ਇੱਕ ਟੀਮ ਹੈ ਸਾਡੀ ਜਿਹਦੇ 'ਚ ਸਾਰੇ ਭਰਾ ਆ ਜਾਂਦੇ ਆ। ਲਾਲੀ ਵੀਰਾ ਜਿਵੇਂ ਸਟਾਰਟਿੰਗ 'ਚ ਲਿਖਦਾ ਕਨੇਡਾ ਸੀਗਾ ਜਦੋਂ ਅਸੀਂ ਸ਼ੁਰੂ ਕੀਤਾ, ਪਹਿਲੀਆਂ ਐਲਬਮਸ ਦੋ ਆਈਆਂ ਉਹਨਾਂ 'ਚ ਵੀਰੇ ਦੇ ਗੀਤ ਸੀ, ਹੁਣ ਵੀ ਅੱਗੇ ਅਸੀਂ ਇਕੱਠੇ ਆ ਰਹੇ ਹਾਂ। ਜਿੰਮੀ ਹੋ ਗਿਆ, ਜਿੰਨੇ ਵੀ ਸਾਡੇ ਟੀਮ ਦੇ ਮੈਂਬਰ ਨੇ, ਗੋਲਡੀ, ਭੂਰਾ, ਅਮਨਾ, ਸੁੱਖਾ, ਇਹ ਸਾਰੇ ਭਰਾ ਨੇ ਸਾਡੀ, ਇੱਕ ਛੋਟੀ ਜਿਹੀ ਟੀਮ ਹੈ 5-6 ਜਣਿਆਂ ਦੀ, ਸਹੀ ਟਾਈਮ 'ਤੇ ਮੈਨੂੰ ਸਹੀ ਗਾਈਡ ਕਰਦੇ ਆ, ਬਟ ਮੈਂ ਉਹਨਾਂ ਦਾ ਹੈੱਡ ਹਾਂ ਸਾਰਿਆਂ ਦਾ, ਸਾਰੇ ਛੋਟੇ ਨੇ ਮੇਰੇ ਤੋਂ, ਅਤੇ ਮੈਂ ਉਹਨਾਂ ਨੂੰ ਦੱਸਦਾ ਵੀ ਆਪਾਂ ਇੱਦਾਂ ਕਰ ਲਈਏ ਅਤੇ ਇੱਦਾਂ ਕਰ ਲਈਏ, ਉਹ ਫਿਰ ਮੈਨੂੰ ਕਹਿੰਦੇ ਵੀ ਹਾਂ ਬਈ ਸਹੀ ਹੈ। ਸੋ ਸਾਡੀ ਇੱਕ ਉਹ ਵੀ ਸਾਰੇ ਪੇਂਡੂ ਨੇ, ਕੋਈ ਪ੍ਰੋਫੈਸ਼ਨਲ ਨਹੀਂ ਹੈਗਾ, ਅੱਜ ਤੱਕ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਕੰਪਨੀਆਂ ਨਾਲ ਡੀਲਾਂ ਕਰਨੀਆਂ ਆਉਂਦੀਆਂ, ਨਹੀਂ ਗੱਲਬਾਤ ਕਰਨੀ ਆਉਂਦੀ, ਜੋ ਇੱਕ ਮੈਂ ਉਹਨਾਂ ਨੂੰ ਕਈ ਵਾਰੀ ਕਹਿਣਾ ਹੁੰਦਾ ਵੀ ਥੋੜ੍ਹਾ ਜਿਹਾ ਯਾਰ ਤੁਸੀਂ ਜਾਂਦੇ ਹੋ ਨਾ, ਥੋੜ੍ਹਾ ਐਟੀਟਿਊਡ ਸੈੱਟ ਕਰਕੇ ਰੱਖਿਆ ਕਰੋ, ਇੱਕ ਤੁਸੀਂ ਰੀਪ੍ਰਜੈਂਟ ਕਰਨਾ ਹੁੰਦਾ ਇੱਕ ਆਰਟਿਸਟ ਨੂੰ, ਉਹ ਕਈ ਵਾਰੀ ਵਿਚਾਰੇ ਉਲਟਾ ਹੀ ਕਰੇ ਆਉਂਦੇ ਆ। ਸੋ ਸਾਡੇ ਸਾਰੇ ਹੀ ਇਹ ਜਿਹਾ, ਸਾਡਾ
ਜਿੰਨਾ ਟੱਬਰ ਹੈ ਜਿੰਨੇ ਆਲੇ ਦੁਆਲੇ ਵਾਲੇ ਦੋਸਤ ਵੀ ਨੇ ਉਹ ਸਾਰੇ ਮੇਰੇ ਵਰਗੇ ਹੀ ਆ ਜੀ ਤਕਰੀਬਨ। ਬੇਸ਼ੱਕ ਟਰੱਸਟ ਬਹੁਤ ਜ਼ਰੂਰੀ ਹੈ ਤੇ ਇੰਨੀ ਆਸਾਨੀ ਨਾਲ ਕਿਸੇ ਤੇ ਨਹੀਂ ਹੁੰਦਾ, ਪਰ ਤੁਸੀਂ ਸੈਵਲੋਨ ਹੈਂਡ ਸੈਨੇਟਾਈਜ਼ਰ ਤੇ ਟਰੱਸਟ ਕਰ ਸਕਦੇ ਹੋ ਕਿਉਂਕਿ ਇਹ ਦਿੰਦਾ ਹੈ 99.99% ਜਰਮਸ ਤੋਂ ਪ੍ਰੋਟੈਕਸ਼ਨ। ਸੋ ਇੱਕ ਆਰਟਿਸਟ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ ਇੱਕ ਪੁਆਇੰਟ 'ਤੇ ਆ ਕੇ, ਅਤੇ ਆਪਣੇ ਗਾਣਿਆਂ ਦੇ ਰਾਹੀਂ ਉਹ ਆਪਣੇ ਇਮੋਸ਼ਨਲ ਪਲਾਂ ਨੂੰ ਜ਼ਾਹਿਰ ਕਰਦਾ, ਬਟ ਲਾਈਫ 'ਚ ਅਸਲ ਜ਼ਿੰਦਗੀ 'ਚ ਬਹੁਤ ਸਾਰੇ ਇਮੋਸ਼ਨਲ ਪਲ ਜੋ ਹੈ ਉਹ ਮਿਸ ਕਰ ਜਾਂਦਾ ਹੈ। ਸੋ ਤੁਸੀਂ ਆਪਣੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਮਿਸ ਕਿਹੜੀਆਂ ਚੀਜ਼ਾਂ ਨੂੰ ਕਰਦੇ ਹੋ? ਮੈਂ ਮਿਸ ਮਤਲਬ ਜਿਵੇਂ ਸਮ ਟਾਈਮ ਇਹ ਹੁੰਦਾ ਵੀ ਸਾਡੇ ਇੱਥੇ ਮੇਰੇ ਕੋਈ ਘਰ ਫੰਕਸ਼ਨ ਆ ਗਿਆ, ਬਹੁਤ ਚਿਰਾਂ ਬਾਅਦ ਰੇਅਰ ਹੁੰਦਾ ਵੀ ਸਾਰੀ ਫੈਮਿਲੀ ਇਕੱਠੀ ਹੁੰਦੀ ਹੈ ਅਤੇ ਮੇਰਾ ਸ਼ੋਅ ਹੁੰਦਾ ਅਤੇ ਮੈਨੂੰ ਉੱਧਰ ਜਾਣਾ ਹੀ ਪੈਂਦਾ, ਜਾਂ ਕੋਈ ਤੁਹਾਡੇ ਟ੍ਰੈਜਡੀ ਹੋ ਜਾਂਦੀ ਆ। ਬਹੁਤ ਇੱਕ ਦਿਖਾਵੀ ਘਟਨਾ ਮੇਰੀ ਜ਼ਿੰਦਗੀ 'ਚ ਵਾਪਰੀ 2015 'ਚ, ਮੇਰਾ ਬ੍ਰਦਰ ਸੀ ਛੋਟਾ ਮਾਸੀ ਜੀ ਦਾ ਬੇਟਾ, ਉਹਦੀ ਡੈਥ ਹੋਈ ਅਤੇ ਮਤਲਬ ਜਿੱਦਣ ਉਹਦਾ ਭੋਗ ਸੀ ਉੱਦਣ ਮੇਰਾ ਸ਼ੋਅ ਸੀ, ਮੈਂ ਬੜੀ ਰਿਕੁਐਸਟ ਕੀਤੀ ਵੀ ਬਾਈ ਤੁਸੀਂ ਕੈਂਸਲ ਕਰ ਲਓ, ਬਟ ਉਹ ਨਹੀਂ ਮੰਨੇ। ਤਾਂ ਉਹ ਚੀਜ਼ਾਂ ਇੱਕ ਆਰਟਿਸਟ ਦੀ ਜਿਹੜੀ ਜੋਬ ਬਣ ਜਾਂਦੀ ਹੈ, ਅਤੇ ਤੁਸੀਂ ਉੱਥੇ ਜਿੱਥੇ ਗਾਉਂਦੇ ਹੋ, ਤੁਸੀਂ ਅਗਲੇ ਦੇ ਵਿਆਹ 'ਤੇ ਗਏ ਹੋ, ਤੁਹਾਡੇ ਘਰ ਕੁਛ ਵੀ ਹੈ, ਤਾਂ ਤੁਸੀਂ ਉੱਥੇ ਤੁਹਾਨੂੰ ਸਮਾਈਲ ਹੀ ਰੱਖਣੀ ਪਊਗੀ ਅਤੇ ਤੁਹਾਨੂੰ 100% ਹੀ ਦੇਣਾ ਪਊਗਾ ਆਪਦਾ। ਇਹ ਚੀਜ਼ਾਂ ਰੱਬ ਪ੍ਰੀਖਿਆ ਲੈਂਦਾ ਵੀ ਤੁਸੀਂ, ਇੱਕ ਆਰਟਿਸਟ ਦਾ ਧਰਮ ਵੀ ਹੈ ਕਿਉਂਕਿ ਤੁਹਾਨੂੰ ਲੋਕਾਂ ਨੇ ਇਹੀ ਬਣਾਇਆ, ਜਦੋਂ ਤੁਹਾਨੂੰ ਪਬਲਿਕ ਨੇ ਐਕਸੈਪਟ ਕਰ ਲਿਆ ਤਾਂ ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਦੁੱਗਣੀਆਂ ਤਿੱਗਣੀਆਂ ਹੋ ਜਾਂਦੀਆਂ ਨੇ। ਥੋੜ੍ਹਾ ਜਿਹਾ ਇਹ ਹੋ ਜਾਂਦਾ ਵੀ ਚਲੋ, ਇੱਕ ਤਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪਿੰਡ 'ਚ ਰਹਿਣਾ ਸਹਿਣਾ, ਉਹ ਲਾਈਫ ਜਿਉਣੀ, ਉਹ ਆਪਦੀ ਫੈਮਿਲੀ ਨੂੰ ਟਾਈਮ ਦੇਣਾ, ਉਹ ਥੋੜ੍ਹਾ ਜਿਹਾ ਐਡਜਸਟ ਕਰਨਾ ਔਖਾ ਹੋ ਜਾਂਦਾ, ਬਾਕੀ ਤਾਂ ਸਾਰਾ ਕੁਛ ਨੋਰਮਲੀ ਹੁੰਦਾ, ਈਜ਼ੀ ਹੁੰਦਾ। ਇਹੀ ਚੀਜ਼ਾਂ ਨੇ, ਇਹੀ ਇਮੋਸ਼ਨਸ ਨੇ ਜਿਹੜੇ ਤੁਹਾਡੀ ਜ਼ਿੰਦਗੀ 'ਚ, ਕਈ ਵਾਰੀ ਕਈ ਵੀਰਾਂ ਦਾ ਭਰਾਵਾਂ ਦਾ ਗੁੱਸਾ ਵੀ ਹੋ ਜਾਂਦੇ ਨੇ ਵੀ ਯਾਰ ਤੁਸੀਂ ਹੁਣ ਵੱਡੇ ਬਣ ਗਏ, ਤੁਸੀਂ ਸਾਡੇ ਤਾਂ ਨਹੀਂ ਆਉਂਦੇ। ਦੋਸਤ ਨੇ ਜਿਹੜੇ ਕਲਾਸਮੇਟ ਨੇ, ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਇਹ ਹੁਣ ਇਹਨਾਂ 'ਚ ਐਟੀਟਿਊਡ ਆ ਗਿਆ ਜਾਂ ਇਹ ਸਾਡੇ ਨਾਲ ਮਿਲਦੇ ਨਹੀਂ, ਬਟ ਅਸਲੀ ਰੀਜ਼ਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਲਾਈਫ ਹੈ ਜਿਹੜੀ ਉਹ ਬਹੁਤ ਬਿਜ਼ੀ ਹੋ ਜਾਂਦੀ ਹੈ, ਕਿਉਂਕਿ ਇੱਕ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਲੋਕਾਂ ਦੇ ਪ੍ਰਤੀ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਆ। ਸੋ ਤਾਂ ਕਰਕੇ ਇਹ ਚੀਜ਼ਾਂ ਵੀ ਜ਼ਰੂਰੀ ਨੇ ਜ਼ਿੰਦਗੀ 'ਚ, ਮੈਨੂੰ ਲੱਗਦਾ ਬੈਲੈਂਸ ਕਰਕੇ ਹੀ ਸਾਰਾ ਕੁਛ ਚੱਲਣਾ ਪੈਂਦਾ ਜੀ। ਸੋ ਜਦੋਂ ਤੁਸੀਂ ਫ੍ਰੀ ਹੁੰਦੇ ਹੋ, ਸੋ ਆਪਣੇ ਆਪ ਦੀ ਇੰਜੋਇਮੈਂਟ ਲਈ ਕੀ ਕਰਦੇ ਹੋ? ਮੈਂ ਪਿੰਡ ਖੇਤਾਂ 'ਚ ਜੀ, ਉਹ ਸਭ ਤੋਂ ਵੱਡੀ ਇੰਜੋਇਮੈਂਟ ਹੈ ਤੁਹਾਡੀ, ਸਭ ਤੋਂ ਵੱਡੀ। ਤੇ ਜਸ ਬਾਜਵਾ ਜੇ ਸਿੰਗਰ ਨਾ ਹੁੰਦਾ ਤੇ ਕੀ ਹੁੰਦਾ? ਜੇ ਸਿੰਗਰ ਨਾ ਹੁੰਦਾ ਮੈਨੂੰ ਲੱਗਦਾ ਮੈਂ ਬਾਹਰ ਹੁੰਦਾ ਤੇ ਮੈਂ ਬਿਜ਼ਨਸਮੈਨ ਹੁੰਦਾ। ਹਾਂ, ਕਿਉਂਕਿ ਪੜ੍ਹਾਈ ਲਿਖਾਈ ਵਾਲੇ ਪਾਸੇ ਤਾਂ ਤੁਹਾਨੂੰ ਪਤਾ ਵੀ ਆਪਣਾ ਨਿਲ ਹੈ ਕੰਮ ਜਮਾਂ, ਪਰ ਮਹਾਰਾਜ ਨੇ ਉਨਾ ਕੁ ਦਿਮਾਗ ਦਿੱਤਾ, ਮੈਂ ਹੁਣ ਵੀ ਬਿਜ਼ਨਸ ਕਰਦਾ ਐਜ਼ ਅਨ ਸਿੰਗਿੰਗ ਦੇ ਨਾਲ ਨਾਲ ਮੈਨੂੰ ਸ਼ੌਂਕ ਹੈ ਬਿਜ਼ਨਸ ਕਰਨ ਦਾ। ਸੋ ਮੈਂ ਆਪਦੇ ਪੰਗੇ ਲਈ ਜਾਂਦਾ ਉਹਨਾਂ, ਜਿਵੇਂ ਉੱਤੇ ਥੱਲੇ ਤੁਰੀ ਜਾਂਦਾ ਉਹਨਾਂ ਨਾਲ ਨਾਲ, ਬਿਜ਼ਨਸ ਦਾ ਮੈਨੂੰ ਸ਼ੌਂਕ ਹੈ, ਮੈਂ ਬਿਜ਼ਨਸ ਕਰਦਾ ਜੀ। ਜੇ ਨਾ ਮੈਂ ਆਰਟਿਸਟ ਹੁੰਦਾ, ਬਟ ਇਹ ਪੋਸੀਬਲ ਨਹੀਂ ਸੀ ਵੀ ਮੈਂ ਨਾ ਹੁੰਦਾ, ਮੈਂ ਹੁੰਦਾ ਹੀ ਹੁੰਦਾ, ਇਹ 'ਚ ਕੋਈ ਦੋ ਰਾਏ ਹੈ ਹੀ ਨਹੀਂ। ਮੈਂ ਜੰਮਿਆ ਹੀ ਆਰਟਿਸਟ ਬਣਨ ਲਈ ਸੀ, ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਜਦੋਂ ਮੈਂ 3ਜੀ 4ਥੀ ਕਲਾਸ 'ਚ ਸੀ, ਪ੍ਰਾਈਮਰੀ ਸਕੂਲ ਹੁੰਦਾ, ਉਦੋਂ ਤੋਂ ਹੀ ਮੈਨੂੰ, ਮੰਨ ਲਓ ਵੀ ਹਾਰਡਲੀ ਮੈਂ 10-11-12 ਸਾਲ ਦਾ ਹੋਊਂਗਾ, ਉਦੋਂ ਤੋਂ ਹੀ ਮੈਨੂੰ ਪਤਾ ਸੀ ਵੀ ਮੈਂ ਆਰਟਿਸਟ ਬਣਨਾ ਅਤੇ ਮੈਂ ਬਣ ਹੀ ਜਾਣਾ, ਅਤੇ ਮਹਾਰਾਜ ਨੇ ਕਿਰਪਾ ਕੀਤੀ। ਤੁਹਾਨੂੰ, ਤੁਸੀਂ ਆਪਣੇ ਸੁਪਨੇ ਲਈ ਸੱਚੇ ਹੋਣੇ ਚਾਹੀਦੇ ਹੋ, ਤੁਸੀਂ ਕੁਛ ਨਹੀਂ ਵੀ ਕਰਦੇ ਨਾ, ਤੁਸੀਂ ਇੱਕ ਵਾਰੀ ਦਿਨ 'ਚ ਸੋਚ ਲਓ ਵੀ ਹਾਂ ਯਾਰ ਆਪਾਂ ਬਣਨਾ। ਜਦੋਂ ਬੰਦਾ ਸੋਚ ਲੈਂਦਾ ਵੀ ਦੇਖੋ ਯਾਰ ਰੱਬ ਕੀ ਕਰੂਗਾ, ਨਹੀਂ ਇਹ ਨਹੀਂ ਹੁੰਦਾ, ਉਦੋਂ ਤੁਸੀਂ ਡੋਲ ਜਾਂਦੇ ਹੋ, ਰੱਬ ਤੁਹਾਡਾ ਜਿਹੜਾ ਦ੍ਰਿੜ ਚੈੱਕ ਕਰਦਾ ਹਾਂ ਵੀ ਤੁਸੀਂ ਕਿੰਨੇ ਕੁ ਸੱਚੇ ਹੋ। ਆਪਣੇ ਸੁਪਨੇ ਲਈ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਆ, ਚਾਹੇ ਉਹਨੂੰ ਇੱਕ ਦਿਨ 'ਚ ਸੋਚੋ ਵੀ ਹਾਂ ਕੋਈ ਚੀਜ਼ ਕਰਨੀ ਆ। ਜੇ ਬਾਲੀਵੁੱਡ 'ਚ ਤੁਸੀਂ ਸੋਚ ਲਿਆ ਵੀ ਜਾਣਾ, ਤਾਂ ਰੋਜ਼ ਸੋਚੋ ਵੀ ਜਾਣਾ, ਤਾਂ ਇੱਕ ਦਿਨ ਤੁਸੀਂ ਪਹੁੰਚ ਜਾਓਗੇ। ਮੇਰਾ ਮੰਨਣਾ ਇਹ ਆ ਅਤੇ ਮੇਰੇ ਨਾਲ ਇੱਦਾਂ ਹੋਇਆ। ਸੋ ਬਹੁਤ ਕਿਰਪਾ ਹੈ ਜੀ ਮਹਾਰਾਜ ਦੀ। ਸੋ ਮੇਰੇ ਲਾਸਟ ਕੁਐਸਚਨ ਪੁੱਛਣ ਤੋਂ ਪਹਿਲਾਂ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਵੀ ਦੱਸ ਦਿਓ। ਅਪਕਮਿੰਗ ਪ੍ਰੋਜੈਕਟ ਮੇਰੀ, ਇੱਕ ਤਾਂ ਐਲਬਮ ਰੈਡੀ ਹੋਈ ਪਈ ਹੈ ਜੀ, ਫੁੱਲ ਐਲਬਮ ਹੈ। ਐਵਰੀ ਈਅਰ ਮੈਂ ਕਰਦਾ ਹੁੰਦਾ, ਲੋਕ ਸਰੋਤੇ ਡਿਮਾਂਡ ਕਰਦੇ ਆ ਮੇਰੇ ਤੋਂ ਕਿ 8-9 ਗਾਣਿਆਂ ਦੀ ਇੱਕ ਐਲਬਮ, ਇੱਕ ਮੇਰਾ ਸੈੱਟ ਹੋਇਆ ਹੋਇਆ, ਉੱਦਾਂ ਸਿੰਗਲ ਟਰੈਕ ਰੈਡੀ ਨੇ, ਆਹੀ ਨੇ, ਇੱਕ ਫਿਲਮ ਹੈ ਸਹੁਰਿਆਂ ਦਾ ਪਿੰਡ ਆ ਗਿਆ, ਉਹ ਰੈਡੀ ਹੈ, ਅੰਬਰਦੀਪ ਭਾਅ ਜੀ ਦੀ ਲਿਖੀ ਹੈ, ਸ਼ਤੀਸ਼ ਚੌਧਰੀ ਭਾਅ ਜੀ ਨੇ ਡਾਇਰੈਕਟ ਕੀਤੀ ਹੈ, ਮੈਂ ਸਰਗੁਣ ਅਤੇ ਗੁਰਨਾਮ ਭੁੱਲਰ ਸਾਡਾ ਭਰਾ। ਇੱਕ ਦੋ ਪ੍ਰੋਜੈਕਟ ਹੋਰ ਨੇ ਜਿਹੜੇ ਵੈਬ ਸੀਰੀਜ਼ ਇੱਕ ਸ਼ੁਰੂ ਕਰਨ ਲੱਗੇ ਹਾਂ ਹੁਣ ਇਨ ਫਿਊਚਰ, ਲੋਕਡਾਊਨ ਕਰਕੇ ਸਾਰਾ ਸਿਸਟਮ ਉਥਲ ਪੁਥਲ ਹੋਇਆ, ਬਟ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿਸਾਨੀ ਸੰਘਰਸ਼ ਪੰਜਾਬ 'ਚ ਚੱਲ ਰਿਹਾ, ਉਹਦੇ ਕਰਕੇ ਵੀ ਜਿਹੜੇ ਕਮਰਸ਼ੀਅਲ ਗੀਤ ਨੇ ਉਹ ਹਲੇ ਹੋਲਡ 'ਤੇ ਰੱਖੇ ਹੋਏ ਨੇ,
ਤੇ ਦਿੱਲੀ ਨਾਲ ਰਿਲੇਟਡ ਜਾਂ ਸਾਡੇ ਖੇਤਾਂ ਫਸਲਾਂ ਨਾਲ ਰਿਲੇਟਡ ਜੋ ਯੂਥ ਦੀ ਡਿਮਾਂਡ ਹੈ ਉਹੀ ਗੀਤ ਅੱਜ ਕੱਲ੍ਹ ਆ ਰਹੇ ਆ। ਇੱਕ ਗਾਣਾ ਪਿਛਲੇ ਹਫ਼ਤੇ ਆਇਆ ਸੀ ਕਿਸਾਨ ਐਂਥਮ 2 ਵੀ ਰੈਡੀ ਹੈ, ਉਹ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਰੂਬਰੂ ਕਰਾਂਗੇ। ਹਰ ਬੰਦੇ ਨੂੰ ਨਾ ਆਪਣੀ ਚੀਜ਼ਾਂ ਦੇ ਬਾਰੇ ਪਤਾ ਹੁੰਦਾ, ਆਪਣੀ ਨੇਚਰ, ਆਪਣੇ ਸੁਭਾਅ ਬਾਰੇ। ਸੋ ਜੇ ਤੁਹਾਨੂੰ ਆਪਣੇ ਆਪ ਨੂੰ ਡਿਸਕ੍ਰਾਈਬ ਕਰਨਾ ਹੋਵੇ ਕਿ ਜਸ ਬਾਜਵਾ ਅਸਲ ਜ਼ਿੰਦਗੀ ਵਿੱਚ ਕੌਣ ਹੈ? ਜਸ ਬਾਜਵਾ ਅਸਲ ਜ਼ਿੰਦਗੀ 'ਚ ਕੌਣ ਹੈ? ਮਤਲਬ ਮੈਂ ਇਹ ਸਮਝਦਾ ਵੀ ਇੱਕ ਜਮ੍ਹਾਂ ਦੇਸੀ ਜਿਹਾ ਬੰਦਾ, ਜਮ੍ਹਾਂ ਪੇਂਡੂ ਜਿਹਾ ਬੰਦਾ ਜਿਹੜਾ ਹੁੰਦਾ, ਜਿਹਨੂੰ ਦੀਨ ਦੁਨੀਆ ਤੋਂ ਕੁਛ ਨਹੀਂ ਲੈਣਾ ਦੇਣਾ। ਜੇ ਮੈਨੂੰ ਅੱਜ ਵੀ ਉਹ ਲਾਈਫ ਬਹੁਤ ਵਧੀਆ ਲੱਗਦੀ ਹੈ ਵੀ, ਮਤਲਬ ਮੈਂ ਦੇਖ ਲਿਆ ਜਿਵੇਂ ਮੱਛੀ ਹੈ ਜਿਹੜੀ ਉਹ ਪੱਥਰ ਚੱਟ ਕੇ ਮੁੜ ਆਉਂਦੀ ਹੈ, ਉਹਨੂੰ ਲੱਗਦਾ ਵੀ ਇੱਦੋਂ ਅੱਗੇ ਵੀ ਸ਼ਾਇਦ ਪਾਣੀ ਹੀ ਹੋਊਗਾ, ਪਰ ਉਹ ਨਹੀਂ ਹੁੰਦਾ। ਸੋ ਐਂਡ ਆਫ ਦਾ ਡੇ ਆ ਕੇ ਮੇਰੀ ਜਿਹੜੀ ਕਹਾਣੀ ਹੈ ਉਹ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਵੀ ਮੈਨੂੰ ਪਿੰਡ ਹੀ ਵਧੀਆ ਲੱਗਦਾ ਅਤੇ ਆਪਦੇ ਆਪ ਨੂੰ ਪੇਂਡੂ ਹੀ ਕਹਾਉਣਾ ਵਧੀਆ ਲੱਗਦਾ। ਚਾਹੇ ਉਹ ਚਾਹੇ ਮੈਂ 7 ਸਟਾਰ 'ਚ ਜਾਵਾਂ, ਚਾਹੇ ਮੈਂ 5 ਸਟਾਰ 'ਚ ਜਾਵਾਂ, ਅਤੇ ਉੱਥੇ ਜੇ ਕੋਈ ਬੰਦੇ ਮੈਂ ਜੇ ਖੜ੍ਹਾਂ ਤਾਂ ਮੇਰੀ ਪਹਿਚਾਣ ਆਵੇ ਮੇਰੀ ਬੋਡੀ ਲੈਂਗੁਏਜ ਤੋਂ ਜਾਂ ਮੇਰੇ ਬੋਲਣ ਦੇ ਢੰਗ ਤੋਂ ਜਾਂ ਮੇਰੇ ਖਾਣ ਪੀਣ ਦੇ ਢੰਗ ਤੋਂ ਵੀ ਇਹ ਬੰਦਾ ਨਾ ਜਿਹੜਾ ਪੇਂਡੂ ਹੈ। ਸੋ ਉਸ ਚੀਜ਼ 'ਚ ਮੈਨੂੰ ਪ੍ਰਾਊਡ ਫੀਲ ਹੁੰਦਾ। ਥੈਂਕ ਯੂ ਸੋ ਮਚ ਜਸ ਬਾਜਵਾ ਜੀ, ਬਹੁਤ ਮਜ਼ਾ ਆਇਆ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ। ਹੁਣ ਲਾਸਟ 'ਚ ਆਪਾਂ ਤੁਹਾਡੇ ਤੋਂ ਇੱਕ ਕੋਟ ਲਵਾਂਗੇ, ਤੁਹਾਡੀ ਜ਼ਿੰਦਗੀ ਦਾ ਜੋ ਵੀ ਤੁਸੀਂ ਫੀਲ ਕਰਦੇ ਹੋ, ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਉਹ ਤੁਸੀਂ ਲਿਖ ਸਕਦੇ ਹੋ, ਅਤੇ ਇਸ ਕੋਟ ਨੂੰ ਆਪਾਂ ਬਹੁਤ ਸੰਭਾਲ ਕੇ ਰੱਖਾਂਗੇ। ਜੀ ਲਿਆਓ ਜੀ। ਸੋ ਇੱਕ ਵਾਰੀ ਸਾਡੀ ਆਡੀਅੰਸ ਲਈ ਬੋਲ ਕੇ ਵੀ ਸੁਣਾ ਦਿਓ। ਜੋ ਸਾਡੇ ਲਈ ਮੇਰੇ ਦਿਮਾਗ 'ਚ ਆਇਆ ਮੈਂ ਉਹ ਲਿਖਤਾ, ਜੋ ਮੈਨੂੰ ਲੱਗਿਆ ਮੇਰੀ ਲਾਈਫ ਲਈ। ਮੈਂ ਆਇਆ ਹਾਂ ਛਾਣ ਦੀ ਖਾਤਰ, ਜੱਸਾ ਜੰਮਿਆ ਹੀ ਸੀ ਗਾਉਣ ਦੀ ਖਾਤਰ। ਵਾਹ, ਬਹੁਤ ਸੋਹਣਾ, ਬਹੁਤ ਸੋਹਣਾ। ਥੈਂਕ ਯੂ। ਪਿਟਾਰਾ ਟੀਵੀ ਤੇ ਸੈਵਲੋਨ ਵੱਲੋਂ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਹੈਂਪਰ। ਬਹੁਤ ਮਿਹਰਬਾਨੀ, ਬਹੁਤ ਥੈਂਕ ਯੂ ਸੋ ਮਚ ਫੋਰ ਕਮਿੰਗ ਟੂ ਆਰ ਸ਼ੋਅ। ਤੇ ਕਿਵੇਂ ਦਾ ਲੱਗਿਆ ਤੁਹਾਨੂੰ ਪਿਟਾਰਾ ਤੇ ਆ ਕੇ? ਮੈਂ ਜਿੱਦਾਂ ਪਹਿਲਾਂ ਕਿਹਾ, ਆਲਵੇਜ਼ ਮੈਨੂੰ ਪਟਾਰਾ ਜਦੋਂ ਮੈਂ ਆਉਣਾ ਮੈਨੂੰ ਇੱਕ ਪਰਿਵਾਰ ਦਾ ਹਿੱਸਾ ਹੀ ਲੱਗਦਾ ਇੱਥੇ ਆ ਕੇ। ਸਭ ਤੋਂ ਵੱਧ ਮੇਰੀਆਂ ਤੁਸੀਂ ਨੋਟ ਕਰ ਲਿਓ ਜਿਹੜੀਆਂ ਇੰਟਰਵਿਊਸ ਵੀ ਨੇ ਉਹ ਪਟਾਰਾ 'ਤੇ ਹੀ ਨੇ। ਸੋ ਪਟਾਰਾ ਇੱਕ ਪਰਿਵਾਰ ਹੈ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਮੈਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਬਹੁਤ ਜ਼ਿਆਦਾ ਮਜ਼ਾ ਆਇਆ ਹੋਵੇਗਾ। ਥੈਂਕ ਯੂ ਫੋਰ ਵਾਚਿੰਗ ਸੈਵਲੋਨ ਪ੍ਰੈਜ਼ੈਂਟਸ ਟਾਕ ਟੂ ਮੀ, ਕੋ ਪਾਵਰਡ ਬਾਈ IDFC ਫਸਟ ਬੈਂਕ। ਸਤਿ ਸ਼੍ਰੀ ਅਕਾਲ।